ਕਈ ਨਵੇਂ ਬੁਲਾਰੇ ਜਦੋਂ ਨਾਮ ਕੱਟਦੇ ਆ ਤਾਂ ਉਹ ਚੀਜ਼ ਥੋੜ੍ਹਾ ਜਿਹਾ ਜਿੱਦਾਂ ਕਹਿ ਲਓ ਕਿ ਧੱਕਾ ਵੀ ਲੱਗਦਾ। ਇੱਕ ਲੇਖਕ ਆ, ਜਦ ਉਹਦਾ ਨਾਮ ਕੱਟਿਆ ਜਾਂਦਾ ਤਾਂ ਸ਼ਾਇਦ ਉਹਦੀ ਔਲਾਦ ਦੇ ਕਤਲ ਦੇ ਬਰਾਬਰ ਆ। ਅੱਜ ਦਾ ਹਰ ਇੱਕ ਗੱਭਰੂ ਚਿੱਟਾ ਚਿੱਟਾ ਕਰਦਾ ਹੈ ਕਿ ਹਰ ਘੰਟੇ ਕੋਈ ਗੱਭਰੂ ਇਸਦੀ ਭੇਂਟ 'ਚ ਚੜ੍ਹਦਾ ਹੈ ਕਿ ਰਹਿ ਗਿਆ ਅੱਜ ਕੱਲ੍ਹ ਸੁਪਨਾ ਪੁੱਤ ਦੀ ਉਮਰ ਲਮੇਰੀ ਦਾ ਕਿ ਬੇ ਔਲਾਦੋਂ ਦੁੱਖ ਵੱਡਾ ਹੈ ਪੁੱਤ ਨਸ਼ੇੜੀ ਦਾ, ਕਿ ਬੇ ਔਲਾਦੋਂ ਦੁੱਖ ਵੱਡਾ ਹੈ ਪੁੱਤ ਨਸ਼ੇੜੀ ਦਾ। ਜਿਹੜੀ ਦਲਾਲਬਾਜ਼ੀ ਆ ਉਹ ਹੁਣ ਕਈ ਭਲਵਾਨਾਂ ਦੇ ਜਿੱਦਾਂ ਕਾਫੀ ਮੋਟੀ ਰਕਮ ਵਿੱਚੋਂ ਮਤਲਬ ਉਡਾ ਦਿੰਦੇ ਆ। ਸੋ ਜਿਹੜੇ ਕਰਦੇ ਆ ਭਾਅ ਜੀ ਹੈ ਨਾ ਇਹ ਸਾਰਾ ਕੁਛ ਇੱਥੇ, ਕਿਉਂਕਿ ਭਾਅ ਜੀ ਮੈਂ ਤਾਂ ਜਿਹੜੇ ਭਲਵਾਨੀ ਆ ਇਹਦੇ 'ਚੋਂ ਰੱਬ ਦੇਖਿਆ ਹੈ, ਗੁਰੂ ਘਰ ਦਾ ਪੈਸਾ ਖਾ ਲਿਆ ਭਲਵਾਨ ਦਾ ਖਾ ਲਿਆ ਇੱਕ ਬਰਾਬਰ ਆ। ਜਦੋਂ ਜਦੋਂ ਵੀ ਮਾਵਾਂ ਦੀ ਗੱਲ ਚੱਲੇ ਜ਼ਿਕਰ ਜ਼ਰੂਰੀ ਹੁੰਦਾ ਕੁਸ਼ਤੀ ਅਤੇ ਭਲਵਾਨੀ ਦਾ ਕਿ ਉਂਝ ਤਾਂ ਮਿੱਤਰੋ ਸਭ ਤੋਂ ਪਤਾ ਜਵਾਨੀ ਆਉਂਦੀ ਹੈ, ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ ਕਿ ਡੰਡ ਬੈਠਦਾ ਲਾਲਾ ਜੁੱਸਾ ਕਾਇਮ ਬਣਾਉਣਾ ਪੈਂਦਾ ਹੈ। ਮੰਜ਼ਿਲ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ ਕਿ ਮਿਹਨਤ ਦਾ ਮੁੱਲ ਕਿਰਲਗੜ ਵਾਲਿਆ ਪੈ ਜੂ ਲੱਖਾਂ ਦਾ, ਸੋਨੂੰ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ। ਸਤਿ ਸ਼੍ਰੀ ਅਕਾਲ ਟੀ ਵੀ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਕਰਨ, ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਸ਼ੋਅ ਦਾ ਸਪੋਰਟਸ ਸਟਾਰਸ। ਇਸ ਸ਼ੋਅ ਦੇ ਵਿੱਚ ਹੁਣ ਤੱਕ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਕਬੱਡੀ ਦੇ ਖਿਡਾਰੀਆਂ ਨਾਲ, ਕੁਸ਼ਤੀ ਦੇ ਖਿਡਾਰੀਆਂ ਨਾਲ, ਅਤੇ ਅੱਜ ਮੁਲਾਕਾਤ ਹੋਵੇਗੀ ਕੁਸ਼ਤੀ ਦੇ ਪ੍ਰਸਿੱਧ ਸ਼ਾਇਰ, ਪ੍ਰਸਿੱਧ ਲਿਖਾਰੀ ਸੋਨੂ ਕਿਰਲਗੜ ਹੋਣਾ ਦੇ ਨਾਲ। ਸੋਨੂ ਬਾਈ ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਅਤੇ ਟੀ ਵੀ ਪੰਜਾਬ ਦੇ ਜਿੰਨੇ ਵੀ ਤਮਾਮ ਦਰਸ਼ਕ ਦੇਖ ਰਹੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋਨੂ ਬਾਈ ਇੰਟਰਵਿਊ ਦੀ ਸ਼ੁਰੂਆਤ ਕਰਾਂਗੇ, ਤੁਹਾਡੇ ਬਾਰੇ ਜਾਣਾਂਗੇ, ਉਸ ਤੋਂ ਪਹਿਲਾਂ ਇੱਕ ਕੋਈ ਸ਼ੇਅਰ ਤੁਸੀਂ ਜ਼ਰੂਰ ਅਸੀਂ ਚਾਹਾਂਗੇ ਕਿ ਬੋਲੋ ਜਿਹੜਾ ਕਿ ਬਹੁਤ ਮਕਬੂਲ ਹੋਇਆ। ਹਾਂਜੀ ਬਾਈ, ਉਹ ਸ਼ੇਅਰ ਸਭ ਤੋਂ ਪਹਿਲਾਂ ਜਿਹੜਾ ਇੱਕ ਜਿਹੜਾ ਕਿ ਲੋਕ ਮੈਨੂੰ ਉਸ ਨਾਮ ਨਾਲ ਵੀ ਬੁਲਾਉਣ ਲੱਗ ਗਏ ਸੀਗੇ, ਉਹ ਸੀਗਾ ਕਿ ਨਾ ਧੁੱਪਾਂ ਦੇ ਵਿੱਚ ਸੜਦੇ ਹਾਂ ਨਾ ਵਿੱਚ ਸਿਆਲਾਂ ਠਰਦੇ ਹਾਂ, ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤਾਂ ਕਰਦੇ ਹਾਂ, ਕਿ ਪੱਟਾਂ ਦੇ ਨਾਲ ਪੱਟ ਖਿੰਦੇ ਨਾਲ ਡੋਲੇ ਹਾਮੀ ਭਰਦੇ ਆ, ਦਾ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜ੍ਹਦੇ ਹਾਂ, ਸੁਣ ਸੋਨੂੰ ਕਿਰਲਗੜ ਵਾਲਿਆ ਵੇ ਇਹ ਪੰਜਾਬ ਦੇ ਸੂਰਜ ਚੜ੍ਹਦੇ ਆ, ਇਹ ਪੰਜਾਬ ਦੇ ਸੂਰਜ ਚੜ੍ਹਦੇ ਆ। ਕਿਆ ਬਾਤ ਹੈ ਯਾਰ, ਬਹੁਤ ਵਧੀਆ ਬਾਈ। ਸ਼ੁਰੂਆਤ ਕਿਵੇਂ ਹੋਈ, ਮਨ ਦੇ ਵਿੱਚ ਕਿਵੇਂ ਆਇਆ ਕਿ ਮੈਂ ਕੁਸ਼ਤੀ ਲਈ ਲਿਖਾਂ, ਕੀ ਤੁਸੀਂ ਖੁਦ ਖੇਡਦੇ ਰਹੇ ਹੋ? ਨਹੀਂ ਬਾਈ ਜੀ, ਗੇਮ ਤਾਂ ਸ਼ਾਇਦ ਮਤਲਬ ਨਹੀਂ ਕੀਤੀ, ਅਤੇ ਪਹਿਲਾਂ ਮੈਨੂੰ ਜਿੱਦਾਂ ਕਬੱਡੀ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ, ਅਤੇ ਕਬੱਡੀ ਦੇਖਣ ਲਈ ਜਿੱਦਾਂ ਸਾਡਾ ਪਿੰਡ ਜਿਹੜਾ ਆ ਉਹ ਬਿਲਕੁਲ ਟਾਰੀ ਬਾਰਡਰ 'ਤੇ ਪੈਂਦਾ, ਅਤੇ ਉਹਦੇ ਕਰਕੇ ਫਿਰ ਉੱਧਰੋਂ ਮੈਨੂੰ ਇੰਨਾ ਕੁ ਜ਼ਿਆਦਾ ਚਾਸ ਹੁੰਦੀ ਸੀ ਕਬੱਡੀ ਦੇ ਮੈਚ ਦੇਖਣ ਦੀ ਕਿ ਮੈਂ ਕਪੂਰਥਲੇ ਤੱਕ ਜਿੱਦਾਂ ਸਾਰੇ ਟੂਰਨਾਮੈਂਟ ਦੇਖਣੇ ਜਾਂ ਕੁਛ ਵੀ ਕਹਿ ਲਓ ਹੈ ਨਾ, ਅਤੇ ਕਬੱਡੀ ਕੱਪਾਂ 'ਤੇ ਚਲੇ ਜਾਣਾ, ਅਤੇ ਉਹ ਸਾਰਾ ਕੁਛ ਜਦੋਂ ਆਪਾਂ ਕਰਨਾ ਤਾਂ ਫਿਰ ਉਹ ਤੋਂ ਮਤਲਬ ਲਿਖਣ ਦੀ ਗੱਲ ਜਿਹੜੀ ਆ ਉਹ ਤਾਂ ਮੈਂ ਛੋਟੇ ਹੁੰਦੇ ਤੋਂ ਜਿੱਦਾਂ ਪੰਜਵੀਂ ਕਲਾਸ 'ਚ ਸੀਗਾ ਜਦੋਂ ਮੈਂ ਲਿਖਣਾ ਸਟਾਰਟ ਕੀਤਾ ਸੀਗਾ, ਅਤੇ ਫਿਰ ਥੋੜ੍ਹਾ ਜਿਹਾ ਮੈਂ ਹਮੇਸ਼ਾ ਉਹ ਸੋਚਿਆ ਕਿ ਲਿਖਣਾ ਉਹ ਆ ਜੋ ਮੈਂ ਆਪਣੇ ਘਰ ਵੀ ਸੁਣਾ ਸਕਾਂ ਜਾਂ ਮੇਰੇ ਘਰ ਦੇ ਵੀ ਸੁਣ ਸਕਾਂ। ਸੋ ਸਪੋਰਟਸ 'ਤੇ ਬਹੁਤ ਸਾਰਾ ਮੈਟਰ ਲਿਖਿਆ ਔਰ ਦੁਨੀਆ ਦਾ ਪਿਆਰ ਵੀ ਮਿਲਿਆ, ਅਤੇ ਮਤਲਬ ਕਬੱਡੀ ਤੋਂ ਫਿਰ ਜਿੱਦਾਂ ਮੈਂ ਇੱਧਰ ਕੁਸ਼ਤੀ ਵੱਲ ਮੂਵ ਹੋਇਆ। ਕੁਸ਼ਤੀ ਵੱਲ ਮਤਲਬ ਕਿਵੇਂ ਤੁਸੀਂ ਰੁਝਾਨ ਬਣਿਆ, ਕਿਉਂਕਿ ਤੁਸੀਂ ਕਬੱਡੀ ਦੇਖਣ ਦੇ ਸ਼ੌਕੀਨ ਸੀ, ਦੂਰ ਦੂਰ ਤੱਕ ਟੂਰਨਾਮੈਂਟ ਦੇਖਣ ਜਾਂਦੇ ਸੀਗੇ, ਫਿਰ ਮਨ 'ਚ ਅਜਿਹਾ ਕਿ ਆ ਕਿ ਮੈਂ ਹੁਣ ਕੁਸ਼ਤੀ ਵੱਲ ਵੀ ਜਾਵਾਂ ਲਿਖਾਂ? ਇਹਦੇ ਪਿੱਛੇ ਭਾਅ ਜੀ ਇੱਦਾਂ ਆ ਕਿ ਜਿੱਦਾਂ ਉਦੋਂ ਵਟਸਐਪ ਨਵਾਂ ਨਵਾਂ ਚੱਲਿਆ ਸੀਗਾ, ਅਤੇ ਵਟਸਐਪ 'ਤੇ ਗਰੁੱਪ ਬਣਦਾ ਸੀਗਾ ਜਿੱਦਾਂ ਲੋਕ ਵਟਸਐਪ ਯੂਜ਼ ਕਰਦੇ, ਅਤੇ ਮੈਂ ਵੀ ਬਣਾਇਆ। ਉਦੋਂ ਐਂਡਰੋਇਡ ਫੋਨ ਬਹੁਤ ਘੱਟ ਸੀਗੇ, ਸਮਾਰਟਫੋਨ, ਅਤੇ ਆਪਣੇ ਗੁਰਦੀਪ ਭਾਅ ਜੀ ਨੇ ਬ੍ਰਾਹਮਣਵਾਲ ਤੋਂ ਉਹਨਾਂ ਨੇ ਇੱਕ ਗਰੁੱਪ ਬਣਾਇਆ ਸੀ, ਅਤੇ ਉਹਨਾਂ ਨਾਲ ਮੇਰਾ ਫੇਸਬੁੱਕ 'ਤੇ ਕਦੀ ਕਦੀ ਮਤਲਬ ਭਲਵਾਨਾਂ ਦੀਆਂ ਪੋਸਟਾਂ ਪਾਉਂਦੇ ਸੀਗੇ, ਕਿਉਂਕਿ ਸਾਡੇ ਪਿੰਡ ਨਾ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਇੱਕ ਬਹੁਤ ਪੁਰਾਣਾ ਛਿੰਝ ਮੇਲਾ ਹੁੰਦਾ, ਅਤੇ ਹੁਣ ਵੀ ਆ 29 ਅਗਸਤ 2019 ਨੂੰ ਆ, ਅਤੇ ਉਹਦੇ ਕਰਕੇ ਫਿਰ ਮੈਂ ਥੋੜ੍ਹਾ ਜਿਹਾ ਜਿੱਦਾਂ ਭਲਵਾਨੀ ਬਾਰੇ ਭਾਅ ਜੀ ਨਾਲ ਗੱਲ ਕਰਨੀ। ਖੈਰ ਮੈਂ ਪਿੰਡ ਦੀ ਛਿੰਝ ਵੀ ਬਹੁਤ ਘੱਟ ਦੇਖੀ, ਕਿਉਂਕਿ ਮੈਨੂੰ ਇੰਨਾ ਇੰਟਰਸਟ ਨਹੀਂ ਸੀਗਾ, ਕਬੱਡੀ ਦਾ ਜ਼ਿਆਦਾ ਸੀਗਾ, ਅਤੇ ਫਿਰ ਭਾਅ ਜੀ ਨਾਲ ਜਦੋਂ ਗਰੁੱਪ 'ਚ ਜੁੜਿਆ ਮੈਂ ਤਾਂ ਫਿਰ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਾ, ਇੱਕ ਦਿਨ ਪਾਇਆ ਕੁਛ ਲਿਖ ਕੇ ਤਾਂ ਉਹਨਾਂ ਨੂੰ ਪਤਾ ਲੱਗਾ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਕੁਸ਼ਤੀ ਬਾਰੇ ਵੀ ਹੈ ਨਾ ਲਿਖਣਾ ਚਾਹੀਦਾ, ਵੀ ਕੋਈ ਕਿਉਂਕਿ ਸ਼ਾਇਦ ਉਦੋਂ ਕੋਈ ਨਹੀਂ ਸੀ ਲਿਖਦਾ ਕੁਸ਼ਤੀ 'ਤੇ, ਕਿਸੇ ਨੇ ਨਹੀਂ ਲਿਖਿਆ, ਕਬੱਡੀ 'ਤੇ ਬਹੁਤ ਰਾਈਟਰ ਸੀਗੇ ਜਿਹੜੇ ਲਿਖਦੇ ਸੀਗੇ, ਅਤੇ ਫਿਰ ਉਦੋਂ ਮੈਂ ਪਹਿਲਾ ਸ਼ੇਅਰ ਮੈਨੂੰ ਯਾਦ ਆ ਉਹ ਸੋਨੂੰ ਭਲਵਾਨ ਜੀ ਦਿੱਲੀ ਵਾਲਿਆਂ 'ਤੇ ਲਿਖਿਆ ਸੀਗਾ, ਅਤੇ ਉਹ ਸ਼ੇਅਰ ਜਦੋਂ ਮੈਂ ਪਾਇਆ ਗਰੁੱਪ 'ਚ ਤਾਂ ਮਤਲਬ ਦੁਨੀਆ ਨੇ ਜਿੱਦਾਂ ਇੱਕ ਕਹਿ ਲਓ ਤੁਸੀਂ ਕਿ ਪਹਿਲਾ ਸ਼ੇਅਰ ਸੀਗਾ ਕੁਸ਼ਤੀ 'ਤੇ ਭਲਵਾਨੀ 'ਤੇ, ਦੁਨੀਆ ਨੇ ਇੰਨਾ ਕੁ ਜ਼ਿਆਦਾ ਪਸੰਦ ਕੀਤਾ, ਮੈਨੂੰ ਲੱਗਦਾ 50 ਬੰਦੇ ਸੀਗੇ, 50 ਬੰਦਿਆਂ 'ਤੇ 4-4 ਕਮੈਂਟ ਆਏ ਹੋਣਗੇ
ਉਹ ਭਾਅ ਜੀ ਦੇ ਗਰੁੱਪ 'ਚ ਅਤੇ ਉਹਦੇ ਵਿੱਚ ਦੁਬਈ ਸਾਡਾ ਭਰਾ ਆ ਪ੍ਰੀਤ ਸਿੰਘ ਆ ਜਿਨ੍ਹਾਂ ਦਾ ਫੇਸਬੁੱਕ 'ਤੇ ਜਿਗਰੇ ਪੰਜਾਬੀਆਂ ਦੇ ਭਲਵਾਨੀ ਦਾ ਪੇਜ ਚੱਲਦਾ ਅਤੇ ਉਹਨਾਂ ਨੇ ਫਿਰ ਮੈਂ ਜਦੋਂ ਲਿਖਣਾ ਸਟਾਰਟ ਕੀਤਾ ਅਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਅੱਜ ਤੱਕ ਕੁਸ਼ਤੀ ਜਗਤ 'ਚ ਜੋ ਵੀ ਆ ਮੈਂ ਗੁਰਦੀਪ ਭਾਅ ਨੇ ਸਪੋਰਟ ਕੀਤਾ ਜਾਂ ਪ੍ਰੀਤ ਸਿੰਘਾ ਭਾਅ ਜੀ ਨੇ ਆਪਣੇ ਉਹਨਾਂ ਨੇ ਸਪੋਰਟ ਕੀਤਾ। ਉਹਨਾਂ ਨੇ ਮਤਲਬ ਭਾਅ ਜੀ ਨੇ ਜਦੋਂ ਮੈਂ ਪਾਉਣਾ ਉਹਨਾਂ ਨੇ ਉਹ ਇੱਕ ਜਿੱਦਾਂ ਬਣਾ ਕੇ ਫੋਟੋ ਜੀ ਨਾਲ ਮੇਰੇ ਲਿਖੇ ਬੋਲ ਪਾ ਕੇ ਹੈ ਨਾ ਪੇਜ 'ਤੇ ਪਾਉਣਾ, ਉਹ ਫਿਰ ਇਸੇ ਤਰ੍ਹਾਂ ਪਛਾਣ ਬਣ ਗਈ ਇੱਕ ਜਿੱਦਾਂ। ਬਾਕੀ ਹੌਲੀ ਹੌਲੀ ਪਰਮਾਤਮਾ ਦੀ ਮਿਹਰ ਸੀਗੀ ਕਿ ਹੌਲੀ ਹੌਲੀ ਜਿੱਦਾਂ ਪਤਾ ਲੱਗ ਗਿਆ ਕੁਸ਼ਤੀ ਬਾਰੇ। ਸ਼ਬਦਾਵਲੀ ਕਿਵੇਂ ਆਉਂਦੀ ਸੀ ਕੁਸ਼ਤੀ ਦੀ, ਪੰਜਾਬ ਦੇ ਗੱਭਰੂਆਂ ਬਾਰੇ ਸਿਫਤ ਲਿਖਣੀ ਚਾਹੁੰਦੇ ਸੀਗੇ ਤੁਸੀਂ, ਹੈ ਨਾ? ਅਗਲੇ ਸਵਾਲ 'ਤੇ ਵਧਾਂਗੇ, ਲੇਕਿਨ ਇੱਕ ਕਬੱਡੀ ਬਾਰੇ ਵੀ ਜ਼ਰੂਰ ਸੁਣਾਂਗੇ ਕੋਈ ਲਿਖਿਆ ਹੋਇਆ। ਕਬੱਡੀ ਬਾਰੇ ਭਾਅ ਜੀ ਲਿਖੇ ਤਾਂ ਬਹੁਤ ਆ, ਹੁਣ ਇੰਨਾ ਥੋੜ੍ਹਾ ਜਿਹਾ ਮੇਰੀ ਇੱਕ ਪ੍ਰੋਬਲਮ ਹੀ ਇਹੀ ਆ ਕਿ ਜਿੱਦਾਂ ਮੈਨੂੰ ਯਾਦ ਬਹੁਤ ਘੱਟ ਰਹਿੰਦਾ, ਅਤੇ ਆ ਜਿਹੜੇ 3-4 ਸ਼ੇਅਰ ਸੀਗੇ, ਕਿਉਂਕਿ ਕਈ ਵਾਰ ਨਾ ਮੈਂ ਛਿੰਝਾਂ 'ਚ ਵੀ ਜਦੋਂ ਜਾਂਦਾ ਹਾਂ ਤਾਂ ਮੈਨੂੰ ਸਾਰੇ ਕਮੈਂਟੇਟਰ ਆ ਜਿੰਨੇ ਵੀ ਕੁਸ਼ਤੀ ਦੇ, ਤਾਂ ਉਹ ਜਦੋਂ ਸ਼ੇਅਰ ਮਤਲਬ ਸਟਾਰਟ ਕਰਦੇ ਹੁੰਦੇ ਤਾਂ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜਦੋਂ ਲਾਸਟ 'ਤੇ ਮੇਰਾ ਨਾਮ ਲੈਂਦੇ ਫਿਰ ਮੈਨੂੰ ਯਾਦ ਆਉਂਦਾ ਵਾ ਕਿ ਇਹ ਵੀ ਮੈਂ ਲਿਖਿਆ ਸੀਗਾ, ਕਿਉਂਕਿ ਪਰਮਾਤਮਾ ਦੀ ਮਿਹਰ ਸੀਗੀ। ਅਤੇ ਕੁਸ਼ਤੀ 'ਤੇ ਮੈਟਰ ਬਹੁਤ ਸਾਰਾ ਲਿਖਿਆ, ਕਬੱਡੀ 'ਤੇ ਵੀ ਬਹੁਤ ਲਿਖਿਆ, ਹੁਣ ਤਾਂ ਸ਼ਾਇਦ ਜਦੋਂ ਦਾ ਮੈਂ ਮਤਲਬ ਕੁਸ਼ਤੀ 'ਚ ਆਇਆ ਤਾਂ ਕਬੱਡੀ 'ਤੇ ਫਿਰ ਉਸ ਤੋਂ ਬਾਅਦ ਬਹੁਤ ਘੱਟ ਲਿਖਿਆ। ਕਿੰਨੇ ਕੁ ਸ਼ੇਅਰ ਲਿਖੇ ਹੋਣਗੇ ਭਾਅ ਜੀ ਹੁਣ ਤੱਕ? ਸ਼ਾਇਦ ਮੈਨੂੰ ਲੱਗਦਾ ਕਿ 1000 ਕੁ ਤੋਂ ਉੱਪਰ, 1000 ਤੋਂ ਉੱਪਰ ਹੀ ਆ ਜੀ, 1500 ਸ਼ਾਇਦ ਕ੍ਰੋਸ ਕਰ ਗਏ ਹੁਣ। ਬਾਕੀ ਅੱਜ ਤੱਕ ਮੈਂ ਜੋ ਵੀ ਲਿਖਿਆ ਆ ਸਿਰਫ ਮੋਬਾਈਲ 'ਚ ਲਿਖਦਾ, ਮੈਂ ਅੱਜ ਤੱਕ ਕੁਛ ਵੀ ਆਪਣੀ ਡਾਇਰੀ 'ਤੇ ਨਹੀਂ ਲਿਖਿਆ। ਅਤੇ ਜਿੰਨਾ ਕੁ ਮੈਂ ਲਿਖਿਆ ਉਹ ਕਈ ਵਾਰ ਮੈਨੂੰ ਲੋੜ ਪੈਂਦੀ ਆ ਤਾਂ ਉਹ ਪ੍ਰੀਤ ਸਿੰਘਾ ਭਾਅ ਜੀ ਨੇ, ਉਹਨਾਂ ਨੇ ਸਾਰਾ ਕੁਛ ਉਹਨਾਂ ਦੇ ਕੋਲ ਸਾਂਭਿਆ ਪਿਆ ਆ, ਮਤਲਬ ਜਿੰਨੇ ਵੀ ਮੈਨੂੰ ਲੱਗਦਾ ਕਿ ਜਦੋਂ ਦਾ ਮੈਂ ਲਿਖਦਾ ਆ ਹਰੇਕ ਚੀਜ਼ ਉਹਨਾਂ ਦੇ ਕੋਲ ਪਈ ਆ। ਕਿ ਮੈਂ ਜੇ ਅੱਜ ਵੀ ਉਹਨਾਂ ਨੂੰ ਪੁੱਛਦਾ ਭਾਅ ਜੀ ਇੱਕ ਆਹ ਸ਼ੇਅਰ ਸੀਗਾ ਤਾਂ ਉਹ ਨਾਲ ਦੀ ਨਾਲ ਮੈਨੂੰ ਸੈਂਡ ਕਰ ਦਿੰਦੇ, ਉਹਨਾਂ ਕੋਲ ਸਾਰਾ ਮੈਟਰ ਪਿਆ ਆ। ਬਾਕੀ ਹੁਣ ਨੈਕਸਟ ਟਾਈਮ ਸੋਚ ਰਹੇ ਹਾਂ ਜੀ ਵਾਹਿਗੁਰੂ ਦੀ ਮਿਹਰ ਹੋਈ ਤਾਂ ਕਿਤਾਬ ਇੱਕ ਜਲਦੀ ਲਿਖਣ। ਹਾਂਜੀ, ਕਿਹੜੇ ਕਿਹੜੇ ਕਮੈਂਟੇਟਰ ਨੇ ਜਿਹੜੇ ਤੁਹਾਡੇ ਸ਼ੇਅਰ ਬੋਲਦੇ ਆ? ਭਾਅ ਜੀ ਤਕਰੀਬਨ ਸਾਰੇ ਹੀ ਆ ਜੀ, ਹੈ ਨਾ, ਕੁਲਵੀਰ ਬਾਈ ਆ, ਸ਼ਿਵ ਬੈਂਸ, ਉਹ ਵਧੀਆ ਬੁਲਾ ਰਹੇ ਨੇ, ਅਤੇ ਬਾਕੀ ਨਾਜਰ ਭਲਵਾਨ ਜੀ ਆ, ਉਹਨਾਂ ਨੇ ਵੀ ਬੋਲੇ ਕਾਫੀ, ਅਤੇ ਜਿੰਨੇ ਵੀ ਮੰਨ ਲਓ ਕਿ ਕੁਸ਼ਤੀ ਦੇ ਹੁਣ ਕਈ ਬੁਲਾਰੇ ਇਹੋ ਜਿਹੇ ਆ ਜਿਨ੍ਹਾਂ ਨੂੰ ਮੈਂ ਮਤਲਬ ਨਹੀਂ ਜਾਣਦਾ ਪਰ ਉਹ ਬੋਲਦੇ ਆ, ਅਤੇ ਕਈ ਵਾਰ ਕਈ ਜਿਹੜੇ ਨਵੇਂ ਬੁਲਾਰੇ ਆ ਉਹ ਥੋੜ੍ਹਾ ਜਿਹਾ ਕਈ ਵਾਰ ਧੱਕਾ ਜਿਹਾ ਵੀ ਲੱਗਦਾ ਜਦੋਂ ਸੁਣਦੇ ਹੁੰਦੇ ਅਸੀਂ ਲਾਈਵ ਛਿੰਝ ਦੇਖਦੇ ਹਾਂ, ਕਿਉਂਕਿ ਹੁਣ ਇਹ ਚੀਜ਼ ਜਿੱਦਾਂ ਇੱਕ ਕਹਿ ਲਓ ਵੀ ਖੂਨ 'ਚ ਆ ਕੁਸ਼ਤੀ, ਆਪ ਨਹੀਂ ਗੇਮ ਕੀਤੀ ਉਹ ਵੱਖਰੀ ਗੱਲ ਆ, ਪਰ ਕੁਸ਼ਤੀ ਨੇ ਦਿੱਤਾ ਇੰਨਾ ਕੁ ਕੁਛ ਆ ਕਿ ਮਜਬੂਰੀ ਬਣ ਗਈ ਕਿ ਹਰ ਛਿੰਝ ਲਾਈਵ ਦੇਖਣੀ। ਅਤੇ ਕਈ ਵਾਰ ਜਦੋਂ ਫਿਰ ਉਹ ਮਤਲਬ ਦੇਖੀਦਾ ਕਈ ਨਵੇਂ ਬੁਲਾਰੇ ਜਦੋਂ ਨਾਮ ਕੱਟਦੇ ਆ ਤਾਂ ਉਹ ਚੀਜ਼ ਥੋੜ੍ਹਾ ਜਿਹਾ ਜਿੱਦਾਂ ਕਹਿ ਲਓ ਕਿ ਧੱਕਾ ਵੀ ਲੱਗਦਾ, ਕਿਉਂਕਿ ਇੱਕ ਜਿਹੜਾ ਰਾਈਟਰ ਆ ਨਾ ਜੀ ਕੋਈ ਵੀ ਆ, ਮੈਂ ਆਪਣੀ ਗੱਲ ਨਹੀਂ ਕਰਦਾ, ਕੋਈ ਵੀ ਬੰਦਾ ਕਿਸੇ ਵੀ ਚੀਜ਼ ਵਾਸਤੇ ਲਿਖਦਾ ਕਿਸੇ ਵੀ ਫੀਲਡ 'ਚ, ਉਹ ਬੰਦਾ ਮਤਲਬ ਲਿਖਦਾ ਇੱਕ ਲੇਖਕ ਆ, ਜਦ ਉਹਦਾ ਨਾਮ ਕੱਟਿਆ ਜਾਂਦਾ ਤਾਂ ਸ਼ਾਇਦ ਉਹਦੀ ਔਲਾਦ ਦੇ ਕਤਲ ਦੇ ਬਰਾਬਰ ਆ, ਕਿਉਂਕਿ ਹਰੇਕ ਚੀਜ਼ ਜਿਹੜੀ ਆਪਾਂ ਇੱਕ ਇੱਕ ਸ਼ਬਦ ਲਿਖਿਆ ਆਪਣੇ ਪੁੱਤਾਂ ਵਰਗਾ ਆ। ਤੁਸੀਂ ਕਹਿ ਰਹੇ ਹੋ ਕਿ ਕੁਸ਼ਤੀ ਨੇ ਦਿੱਤਾ ਬਹੁਤ ਕੁਝ ਆ, ਕੀ ਕੁਝ ਦਿੱਤਾ ਭਾਅ ਜੀ? ਮੈਂ ਤਾਂ ਇੰਨਾ ਕਹਿ ਸਕਦਾ ਕਿ ਜਿੰਨੀ ਕੁ ਮੇਰੀ ਔਕਾਤ ਸੀਗੀ ਉਸ ਤੋਂ ਵੀ 1000 ਗੁਣਾ ਜ਼ਿਆਦਾ ਦਿੱਤਾ। ਮੈਂ ਦੇਣ ਦੀ ਗੱਲ ਭਾਅ ਜੀ ਇੱਦਾਂ ਹੁੰਦੀ ਕਿ ਕੁਛ ਜਿਹੜੀਆਂ ਦੁਨਿਆਵੀ ਲੋੜਾਂ ਆ ਇਹ ਤਾਂ ਸ਼ਾਇਦ ਬੰਦੇ ਦੀਆਂ ਨਹੀਂ ਪੂਰੀਆਂ ਹੁੰਦੀਆਂ ਕਦੀ ਵੀ, ਅਤੇ ਦਿੱਤਾ ਮੈਨੂੰ ਭਾਅ ਜੀ ਇੱਦਾਂ ਆ ਕਿ ਮੈਂ ਆਪਣੇ ਪਿੰਡ ਦੀ ਛਿੰਝ ਆ, ਹੁਣ ਤਾਂ ਚਲੋ ਬੈਰੀਕੇਡ ਲੱਗਣ ਲੱਗ ਗਏ ਨਾ, ਪਹਿਲਾਂ ਰੱਸੀ ਜੀ ਬੰਨ੍ਹ ਦਿੰਦੇ ਸੀਗੇ, ਮੈਂ ਆਪਣੇ ਪਿੰਡ ਦੀ ਛਿੰਝ ਵੀ ਮੈਂ ਉਹ ਰੱਸੀ ਤੋਂ ਬਾਹਰ ਖੜ੍ਹ ਕੇ ਦੇਖੀ ਆ, ਅਤੇ ਹੁਣ ਜਦੋਂ ਮੈਂ ਦੁਆਬਾ ਆ, ਮਾਲਵਾ ਆ, ਮਾਝਾ ਆ, ਜਾਂ ਕਿਤੇ ਵੀ ਮਤਲਬ ਹੁਣ ਤਾਂ ਪੰਜਾਬ ਤੋਂ ਬਾਹਰ ਵੀ ਕਾਫੀ ਇਨਵੀਟੇਸ਼ਨ ਆਉਂਦੇ ਆ ਛਿੰਝਾਂ ਦੇ, ਅਤੇ ਜਦੋਂ ਮੈਂ ਜਾਂਦਾ ਭਾਅ ਜੀ ਹੈ ਨਾ, ਅਤੇ ਉੱਥੇ 10,000 ਬੰਦੇ ਦਾ, 20,000 ਬੰਦੇ ਦਾ, ਕਈ ਦੰਗਲ ਬਹੁਤ ਵੱਡੇ ਦੰਗਲ ਆ ਉੱਥੇ, ਜਦੋਂ ਮਤਲਬ ਬੁਲਾ ਕੇ ਤਾਂ ਜਿੱਦਾਂ ਮੰਨ ਲਓ ਇੱਕ ਅਖਾੜੇ ਨੂੰ ਸਲਾਮੀ ਦੇਣੀ ਕਹਿੰਦੇ ਉਹਨੂੰ, ਤਾਂ ਜਿੱਦਾਂ ਮੰਨ ਲਓ ਇੰਟਰੋਡਕਸ਼ਨ ਕਰਾਉਣੀ ਜਾਂ ਸਾਰੀ ਸੰਗਤ ਨਾਲ ਜਿੱਦਾਂ ਰੂਬਰੂ ਕਰਾਉਣਾ ਹੈ ਨਾ, ਤਾਂ ਮੇਰੇ ਵਾਸਤੇ ਤਾਂ ਉਹ ਬਹੁਤ ਵੱਡੀ ਚੀਜ਼ ਆ। ਅਤੇ ਆਰਥਿਕ ਲਾਭ ਵੀ ਹੋਇਆ ਇਸ ਤੋਂ? ਆਰਥਿਕ ਲਾਭ ਭਾਅ ਜੀ ਕਈ ਕਮੇਟੀਆਂ ਆ ਜੀ ਜਿਹੜੀਆਂ ਮਤਲਬ ਵਧੀਆ ਤਰੀਕੇ ਨਾਲ ਆਪਾਂ ਨੂੰ ਮਤਲਬ ਸਨਮਾਨ ਕਰਦੇ, ਜਿੱਦਾਂ ਕਹਿ ਲਓ ਹੈ ਨਾ 21 ਸੋਨਾ, 31 ਸੋਨਾ, ਜਾਂ ਕਿਤੇ 51 ਸੋਨਾ, ਅਤੇ ਉਹ ਚੀਜ਼ਾਂ ਮਤਲਬ ਉਹ ਤਾਂ ਮੈਂ ਪਹਿਲਾਂ ਗੱਲ ਕਰ ਲਈ ਆਪਾਂ ਕਿ ਦੁਨਿਆਵੀ ਆ, ਉਹ ਤਾਂ ਦੁਨਿਆਵੀ ਚੀਜ਼ਾਂ, ਜਿਹੜੀ ਅਸਲ ਦੇ ਵਿੱਚ ਕੀ ਹੁੰਦਾ ਕਿ ਆਪਣੀ ਜਿਹੜੀ ਪ੍ਰੋਪਰਟੀ ਆ ਉਹ ਇਹ ਆ ਕਿ ਕੋਈ ਮਤਲਬ ਹਰੇਕ ਬੰਦੇ ਨੇ ਦੁਨੀਆ ਤੋਂ ਜਾਣਾ ਵੀ ਕੱਲ੍ਹ ਨੂੰ ਕੋਈ ਯਾਦ ਕਰੇ ਵੀ ਹਾਂ ਯਾਰ
ਇਹ ਬੰਦਾ ਸੀਗਾ ਹੈ ਨਾ, ਵੀ ਕੋਈ ਕਹੇ ਕਿ ਹਾਂ ਯਾਰ ਸੋਨੂੰ ਗਿੱਲ ਗੜ ਜੇ ਮੇਰੇ ਜਾਣ ਤੋਂ ਬਾਅਦ ਵੀ ਮੈਂ ਕਹਿੰਦਾ ਕਿ ਕੋਈ ਕਮੈਂਟੇਟਰ ਬੋਲਦਾ ਅਤੇ ਕੋਈ ਮੈਨੂੰ ਯਾਦ ਕਰੇ ਤਾਂ ਇਸ ਤੋਂ ਵੱਡੀ ਪ੍ਰੋਪਰਟੀ ਮੈਂ ਨਹੀਂ ਸਮਝਦਾ ਵੀ ਕੋਈ ਹੈਗੀ ਆ। ਬਾਕੀ ਦੁਨਿਆਵੀ ਚੀਜ਼ਾਂ ਤਾਂ ਉਦਾਂ ਸ਼ਾਇਦ ਆਪਾਂ ਕਿ ਮਤਲਬ ਜ਼ਿਆਦਾ ਸਪੋਰਟ ਕਿਹਨਾਂ ਦੀ ਰਹੀ ਤੁਸੀਂ ਕਹਿੰਦੇ ਹੋ ਕਿ ਜਦੋਂ ਲਿਖਦੇ ਹਾਂ ਅਸੀਂ ਸਾਡੀ ਕੋਈ ਹੌਸਲਾ ਅਫਜ਼ਾਈ ਕਰਦਾ ਅਤੇ ਉਹ ਮਤਲਬ ਤੁਹਾਨੂੰ ਮਜ਼ਬੂਤ ਕਰਦਾ ਹੈ ਨਾ? ਜ਼ਿਆਦਾ ਭਾਅ ਜੀ ਇੱਦਾਂ ਆ ਕਿ ਜਿੱਦਾਂ ਮੈਂ ਪਹਿਲਾਂ ਕਬੱਡੀ ਕੱਪਾਂ 'ਤੇ ਜਾਣਾ ਤਾਂ ਮੇਰਾ ਇੱਕ ਪਿੰਡੋਂ ਫਰੈਂਡ ਆ ਜੱਜ ਢਿੱਲੋਂ, ਅਤੇ ਇੱਕ ਭਾਅ ਜੀ ਤਰਸੇਮ ਆ ਜੀ ਮੁੰਡਾ ਗਰੀਸ ਤੋਂ, ਉਹਦਾ ਬਹੁਤ ਜ਼ਿਆਦਾ ਸਾਥ ਰਿਹਾ, ਉਹਨੇ ਹਮੇਸ਼ਾ ਬਹੁਤ ਸਪੋਰਟ ਕੀਤਾ ਅਤੇ ਮੇਰੇ ਪਿੰਡ ਤੋਂ ਇਸ ਟਾਈਮ 'ਤੇ ਗਰੀਸ ਆ, ਉਹਨੇ ਵੀ ਬਹੁਤ ਸਪੋਰਟ ਕੀਤਾ। ਇੱਕ ਮੁੰਡਾ ਸੀਗਾ ਜੀ ਆਪਣੇ ਪਿੰਡ ਤੋਂ ਹੋਰ ਦੇਵ, ਤਾਂ ਜਿੱਦਾਂ ਅਸੀਂ ਤਿੰਨੇ ਨਾ ਮਤਲਬ ਜਾਂਦੇ ਹੁੰਦੇ ਸੀਗੇ ਦੇਖਣ ਤਾਂ ਉਹਨਾਂ ਨੂੰ ਪਤਾ ਸੀਗਾ, ਅਤੇ ਜੱਜ ਨੇ ਮੈਨੂੰ ਬਹੁਤ ਕਈ ਵਾਰ ਉਹਨੇ ਕਹਿਣਾ ਕਿ ਯਾਰ ਤੂੰ ਕਮੈਂਟੇਟਰ ਨਾਲ ਗੱਲ ਕਰ ਹੈ ਨਾ, ਕਿ ਤੂੰ ਆਹ ਚੀਜ਼ ਲਿਖੀ ਆ ਕਮੈਂਟੇਟਰ ਨਾਲ ਗੱਲ ਕਰ। ਤਾਂ ਮੈਂ ਉਹ ਚੀਜ਼ਾਂ ਮੈਂ ਕਿਹਾ ਕਿ ਮੇਰੀ ਭਾਅ ਜੀ ਇੱਕ ਨਾ ਸ਼ੁਰੂ ਤੋਂ ਇੱਕ ਜਿੱਦਾਂ ਮੇਰੀ ਸੋਚ ਸੀਗੀ ਕਿ ਜੇ ਮੈਂ ਆਉਣਾ ਆ ਤਾਂ ਮਿਹਨਤ ਨਾਲ ਆਵਾਂ, ਮਤਲਬ ਕੋਈ ਮੈਨੂੰ ਆਪ ਕਵੇ ਹੈ ਨਾ। ਚਲੋ ਉਸ ਤੋਂ ਬਾਅਦ ਸੋਸ਼ਲ ਮੀਡੀਆ ਨੇ ਬਹੁਤ ਸਾਥ ਦਿੱਤਾ, ਅਤੇ ਜਿਹੜਾ ਮਤਲਬ ਭਾਅ ਜੀ ਨੇ ਹੁਣ ਜਿੱਦਾਂ ਪ੍ਰੀਤ ਸਿੰਘਾ ਭਾਅ ਜੀ ਆ, ਗੁਰਦੀਪ ਭਾਅ ਜੀ ਆ, ਅਤੇ ਇੱਕ ਜਿਹੜੇ ਸਪੈਸ਼ਲ ਪਰਸਨ ਨੇ ਮੇਰੇ ਲਈ, ਸ਼ਾਇਦ ਮੈਂ ਉਹਨਾਂ ਦਾ ਦੇਣ ਕਦੀ ਨਹੀਂ ਦੇ ਸਕਦਾ, ਉਹ ਪ੍ਰਭਜੀਤ ਸਿੰਘ ਚੀਚੇ ਪਿੰਡ ਤੋਂ ਨੇ, ਇਸ ਟਾਈਮ 'ਤੇ ਯੂਕੇ 'ਚ ਨੇ, ਸਕੋਟਲੈਂਡ ਨੇ, ਉਹਨਾਂ ਦਾ ਮੈਂ ਸ਼ਾਇਦ ਦੇਣ ਕਦੀ ਨਹੀਂ ਦੇ ਸਕਦਾ। ਉਹਨਾਂ ਨੇ ਇੰਨਾ ਜ਼ਿਆਦਾ ਸਪੋਰਟ ਕੀਤਾ ਕਿਉਂਕਿ ਘਰ ਜਿੱਦਾਂ ਮਤਲਬ ਕਿ ਮੰਮਾ ਵੀ ਜਿੱਦਾਂ ਕਹਿ ਲਓ ਕਿ ਹੈ ਨਾ ਇੱਕ ਸਟੱਡੀ ਨਹੀਂ ਸੀਗੀ ਇੰਨੀ ਉਹਨਾਂ ਦੀ, ਅਤੇ ਉਹ ਚੀਜ਼ਾਂ ਜਦੋਂ ਮੈਂ ਜਾਂਦਾ ਹੁੰਦਾ ਸੀਗਾ ਮੈਂ ਦੱਸਦਾ ਤੁਹਾਨੂੰ ਕਿ ਮੰਮਾ ਨੇ ਬਹੁਤ ਗਾਲਾਂ ਕੱਢਣੀਆਂ ਵੀ ਕੋਈ ਕੰਮ ਧੰਦਾ ਨਹੀਂ ਹੈਗਾ, ਅਤੇ ਜਾਂ ਜਦੋਂ ਪੜ੍ਹਾਈ ਕਰਦੇ ਸੀ ਉਦੋਂ ਵੀ ਬਹੁਤ ਗਾਲਾਂ ਪਈਆਂ ਕਿ ਇਹ ਕੀ ਆ ਹੈ ਨਾ ਵੀ ਇੱਦਾਂ ਕਰਨਾ। ਤਾਂ ਹੁਣ ਜਦੋਂ ਮਤਲਬ ਬਾਹਰ ਪਛਾਣ ਬਣੀ ਤਾਂ ਹੁਣ ਬਹੁਤ ਮਾਣ ਕਰਦੇ। ਬਾਕੀ ਮੈਂ ਜਿਹੜਾ ਸ਼ੌਂਕ ਪੈ ਗਿਆ ਹੋਊਗਾ, ਹਾਂਜੀ ਭਾਅ ਜੀ ਉਹ ਤਾਂ ਹੈ। ਬਾਕੀ ਭਾਅ ਜੀ ਇੱਦਾਂ ਆ ਕਿ ਮੈਂ ਮੇਰੀ ਮਾਂ ਦਾ ਦੇਣ ਨਹੀਂ ਕਦੀ ਦੇ ਸਕਦਾ ਕਿਉਂਕਿ ਕੋਈ ਸ਼ੇਅਰ ਮਾਂ ਦੇ ਲਈ ਭਾਅ ਜੀ ਹੈ ਨਾ, ਜਿੱਦਾਂ ਮੈਂ ਤਾਂ ਇੱਕ ਸ਼ੇਅਰ ਲਿਖਿਆ ਸੀਗਾ ਤਮਾਮ ਉਹਨਾਂ ਜਿਹੜੇ ਅੱਜ ਕੱਲ੍ਹ ਨਸ਼ੇ ਤੋਂ ਭੜਕੇ ਨਾ, ਕਿਉਂਕਿ ਇੱਕ ਜਦੋਂ ਬੰਦਾ ਆਪਾਂ ਕਹਿ ਲਈਏ ਕਿ ਜਿਹੜੀ ਮਾਂ ਆ ਕੋਈ ਵੀ, ਵੈਸੇ ਮੈਂ ਤਾਂ ਅਰਦਾਸ ਕਰਦਾ ਕਿ ਕੋਈ ਮਾਂ ਬੇਔਲਾਦ ਨਾ ਹੋਵੇ ਹੈ ਨਾ, ਪਰ ਜਦੋਂ ਔਲਾਦ ਹੁੰਦੀ ਉਹ ਨਸ਼ਾ ਕਰਦੀ ਆ ਤਾਂ ਮਾਂ ਨੂੰ ਥੋੜ੍ਹਾ ਜਿਹਾ ਦੁੱਖ ਲੱਗਦਾ। ਸੋ ਉਸ 'ਤੇ ਉਦੋਂ ਲਿਖਿਆ ਸੀਗਾ, ਅੱਜ ਦਾ ਹਰ ਇੱਕ ਗੱਭਰੂ ਚਿੱਟਾ ਚਿੱਟਾ ਕਰਦਾ ਹੈ ਕਿ ਹਰ ਘੰਟੇ ਕੋਈ ਗੱਭਰੂ ਇਸ ਦੀ ਭੇਂਟ 'ਚ ਚੜ੍ਹਦਾ ਹੈ ਕਿ ਰਹਿ ਗਿਆ ਅੱਜ ਕੱਲ੍ਹ ਸੁਪਨਾ ਪੁੱਤ ਦੀ ਉਮਰ ਲਮੇਰੀ ਦਾ ਕਿ ਬੇਔਲਾਦੋਂ ਦੁੱਖ ਵੱਡਾ ਹੈ ਪੁੱਤ ਨਛੇੜੀ ਦਾ, ਕਿ ਬੇਔਲਾਦੋਂ ਦੁੱਖ ਵੱਡਾ ਹੈ ਪੁੱਤ ਨਛੇੜੀ ਦਾ। ਅਤੇ ਪੰਜਾਬ ਦੀ ਇੱਕ ਤਸਵੀਰ ਵੀ ਹੈ, ਤਰਾਸਦੀ ਵੀ ਹੈ ਕਿ ਜਿੱਥੋਂ ਦੇ ਗੱਭਰੂ ਕੁਸ਼ਤੀ ਕਰਕੇ ਜਾਣੇ ਜਾਂਦੇ ਸੀਗੇ ਹੈ ਨਾ, ਕਬੱਡੀ ਕਰਕੇ ਜਾਣੇ ਜਾਂਦੇ ਸੀਗੇ, ਅੱਜ ਨਸ਼ੇ ਦੇ ਵਿੱਚ ਵੀ ਗੁਲਤਾਨ ਨੇ, ਇੱਕ ਸੱਚਾਈ ਵੀ ਹੈ ਬਾਈ। ਸ਼ੇਅਰ ਤਾਂ ਤੁਸੀਂ ਸੁਣਾ ਰਹੇ ਹੋ, ਗੀਤ ਵੀ ਲਿਖੇ ਹੋਣਗੇ? ਹਾਂਜੀ ਗੀਤ ਕੀਤੇ ਸੀਗੇ ਜੀ, ਸਭ ਤੋਂ ਪਹਿਲਾਂ ਗੀਤ ਗਗਨ ਭਾਅ ਜੀ ਨੇ, ਗਗਨ ਵਡਾਲੀ ਜੀ, ਉਹ ਬਹੁਤ ਵਧੀਆ ਇੱਕ ਨਾਮੀ ਸਿੰਗਰ ਨੇ, ਅਤੇ ਉਹਨਾਂ ਨੇ ਆਪਣਾ ਸਟੂਡੀਓ ਬਣਾਇਆ, ਮਿਊਜ਼ਿਕ ਬਹੁਤ ਸੋਹਣਾ ਕਰਦੇ, ਬਹੁਤ ਮਿਹਨਤ ਕਰ ਰਹੇ ਜੀ ਉਹ, ਮਤਲਬ ਆਉਣ ਵਾਲੇ ਟਾਈਮ 'ਚ ਤਕਰੀਬਨ ਸਾਰਿਆਂ ਨੂੰ ਪਤਾ ਲੱਗੂਗਾ ਉਹਨਾਂ ਦੀ ਮਿਹਨਤ ਬਹੁਤ ਆ। ਅਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਜਿੱਦਾਂ ਸੌਂਗਸ ਵਾਲੇ ਪਾਸੇ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ, ਸਭ ਤੋਂ ਪਹਿਲਾਂ ਉਹਨਾਂ ਨੇ ਬਾਬਾ ਨਾਨਕ ਜੀ ਦੇ ਜਿਹੜਾ 2018 'ਚ ਰਿਕਾਰਡ ਕੀਤਾ ਸੀਗਾ, ਉਸ ਤੋਂ ਬਾਅਦ ਉਹਨਾਂ ਨੇ 4-5 ਗੀਤ ਹੋਰ ਵੀ ਕੀਤੇ। ਪ੍ਰਿੰਸ ਹੋਲ ਦੀ ਆਵਾਜ਼ ਸੀਗੀ, ਉਹ ਮੇਰੇ ਨਾਲ ਦੇ ਪਿੰਡ ਤੋਂ ਮੁੰਡਾ, ਬਹੁਤ ਮੇਰਾ ਭਰਾ ਹੀ ਆ, ਜਿੱਦਾਂ ਛੋਟਾ ਭਰਾ ਆ। ਕੁਸ਼ਤੀ ਬਾਰੇ ਜਿਹੜਾ ਗੀਤ ਹੈ ਤੁਹਾਡਾ, ਉਹ ਜੇ ਤੁਸੀਂ ਸੁਣਾਵੋ ਤਾਂ? ਹਾਂਜੀ ਭਾਅ ਜੀ ਉਹ ਜਿੱਦਾਂ ਉਹ ਵੀ ਗੀਤ ਆਪਾਂ ਲਿਖਿਆ ਸੀਗਾ, ਉਹ ਸ਼ਾਇਦ ਮੈਨੂੰ ਹੁਣ ਪੱਕਾ ਯਾਦ ਨਹੀਂ ਹੈ, ਸ਼ਾਇਦ 2015 ਦੀ ਗੱਲ ਆ, ਉਹ 2015 ਜਾਂ 2016 ਦੀ ਸ਼ਾਇਦ ਗੱਲ ਆ। ਅਤੇ ਉਹ ਵੀ ਜਿੱਦਾਂ ਗੁਰਦੀਪ ਭਾਅ ਜੀ ਦਾ ਮੈਨੂੰ ਫੋਨ ਆਇਆ ਸੀਗਾ, ਅਤੇ ਉਹ ਕਹਿੰਦੇ ਕਿ ਜਿੱਦਾਂ ਕਬੱਡੀ ਅਤੇ ਅੰਗਰੇਜ਼ ਵਾਲੀ ਦਾ ਗਾਣਾ ਆਇਆ ਸੀ, ਅੰਗਰੇਜ਼ ਵਾਲੀ ਭਾਅ ਜੀ ਦਾ, ਅਤੇ ਉਹ ਕਹਿੰਦੇ ਕਿ ਆਪਾਂ ਗਾਣਾ ਕਰਨਾ ਆ ਕੁਸ਼ਤੀ 'ਤੇ। ਅਤੇ ਉਦੋਂ ਮੈਨੂੰ ਯਾਦ ਆ ਮੈਂ ਕੋਈ ਬਹੁਤਾ ਟਾਈਮ ਨਹੀਂ ਸੀ ਲਾਇਆ, ਸ਼ਾਇਦ ਪਰਮਾਤਮਾ ਦੀ ਇੰਨੀ ਕੁ ਮਿਹਰ ਸੀਗੀ ਕਿ ਉਹ ਅੱਧੇ ਕੁ ਘੰਟੇ 'ਚ ਮੈਂ ਗਾਣਾ ਲਿਖਿਆ ਸੀਗਾ, 6 ਟੱਪਿਆਂ ਦਾ ਗਾਣਾ ਸੀਗਾ ਉਹ ਗਾਣੇ ਦਾ ਟਾਈਟਲ ਹੈਗਾ ਸੀ ਬਸ ਹੁਣ ਕਰ ਰਹੇ ਹਾਂ ਜੀ ਉਹੀ ਗੀਤ ਫਿਰ ਦੁਬਾਰਾ। ਉਦੋਂ ਮਤਲਬ ਰਿਕਾਰਡ ਹੋਇਆ ਸੀਗਾ, ਡੰਮੀ ਵਗੈਰਾ ਬਣੀ ਸੀਗੀ, ਉਹ ਕੁਛ ਕੰਪਨੀ ਦੇ ਇਸ਼ੂ ਸੀਗੇ ਅਤੇ ਉਹਦੇ ਕਰਕੇ ਜ਼ਰੂਰ ਸੁਣਨਾ ਚਾਹਾਂਗੇ ਉਹਦਾ ਭਾਅ ਜੀ। ਥੋੜ੍ਹਾ ਜਿਹਾ ਮੈਂ ਜਿੱਦਾਂ ਮੈਨੂੰ ਯਾਦ ਆ ਉਹਦਾ ਮਤਲਬ ਇੱਦਾਂ ਟਾਈਟਲ ਸੀਗਾ ਕਿ ਤਾੜ ਤਾੜ ਲੋਕਾਂ ਦੀਆਂ ਪਹਿਣ ਤਾੜੀਆਂ ਜਦੋਂ ਘੁਲਦੇ ਅਖਾੜੇ ਵਿੱਚ ਪਹਿਲਵਾਨ ਜੀ। ਜਿੱਦਾਂ ਉਹਦੇ ਵਿੱਚ ਨਾ ਭਾਅ ਜੀ ਉਹ ਗਾਣਾ ਜਿੱਦਾਂ ਪੁਰਾਣੇ ਰੁਸਤਮ ਮੇਹਰਦੀਨ ਭਵਾਨ ਜੀ, ਛਿੰਦਾ ਭਵਾਨ ਜੀ ਪੱਟੀ, ਅਤੇ
ਸਾਰੇ ਜਿੰਨੇ ਵੀ ਰੁਸਤਮ ਆ ਹੁਣ ਦੇ ਜਿੰਨੇ ਵੀ ਸਾਰੇ ਟੌਪ ਦੇ ਪਹਿਲਵਾਨ ਆ ਸਾਰਿਆਂ ਦਾ ਨਾਮ ਆ, ਬਸ ਆਹ ਥੋੜ੍ਹੇ ਦਿਨਾਂ 'ਚ ਆ ਜਾਣਾ ਜੀ ਗਾਣਾ, ਅਤੇ ਤੁਹਾਨੂੰ ਸਾਡੇ ਵੱਲੋਂ ਗੁੱਡ ਲੱਕ ਉਸ ਗਾਣੇ ਦੇ ਲਈ। ਅੱਛਾ ਭਾਈ, ਸਪੋਰਟ ਤਾਂ ਬਹੁਤ ਲੋਕ ਕਰਦੇ ਨੇ, ਅਜਿਹੇ ਵੀ ਲੋਕ ਹੁੰਦੇ ਨੇ ਲੱਤਾਂ ਖਿੱਚਣ ਵਾਲੇ ਜਿਹਨੂੰ ਲੈਗ ਪੁਲਰਸ ਕਹਿੰਦੇ ਆ, ਤੁਹਾਡਾ ਕਦੀ ਹੋਇਆ ਸਾਹਮਣਾ, ਕਦੀ ਕਿਹਾ ਵੀ ਇਹ ਕੀ ਲਿਖ ਰਿਹਾ ਤੂੰ? ਉਹ ਭਾਅ ਜੀ ਇੱਦਾਂ ਆ ਕਿ ਜਿੱਦਾਂ ਜਿਹੜਾ ਮਾੜਾ ਆਪਾਂ ਕਹਿ ਦਿੰਦੇ ਨਾ ਕਿਸੇ ਨੂੰ, ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ ਜਿਹੜੀ ਕਿਸੇ ਨੂੰ, ਹੁਣ ਕਈ ਰਾਈਟਰਾਂ ਨੂੰ ਮੈਂ ਦੇਖਦਾ ਫੇਸਬੁੱਕ 'ਤੇ ਵੀ ਕਈ ਵਾਰ ਕੁਛ ਲਿਖਦੇ ਆ ਨੀਚੇ ਗਾਲਾਂ ਕੱਢਦੇ, ਅਸਲ 'ਚ ਇਨਸਾਨ ਮਾੜਾ ਨਹੀਂ ਹੁੰਦਾ ਭਾਅ ਜੀ, ਗਾਲਾਂ ਪੈਂਦੀਆਂ ਬੰਦੇ ਦੀ ਸੋਚ ਨੂੰ, ਬੰਦੇ ਦੇ ਵਿਚਾਰਾਂ ਨੂੰ। ਸੋ ਅਜੇ ਤੱਕ ਇੱਦਾਂ ਦਾ ਨਹੀਂ ਹੋਇਆ ਕਿ ਕਿਸੇ ਨੇ ਮੈਨੂੰ ਮਾੜਾ ਕਿਹਾ ਹੋਵੇ ਕਿ ਆਹ ਚੀਜ਼ ਤੂੰ ਗਲਤ ਲਿਖੀ ਹੈ, ਅੱਜ ਤੱਕ ਨਹੀਂ ਸ਼ਾਇਦ ਗਿਆ। ਬਾਕੀ ਇੱਦਾਂ ਹੁੰਦਾ ਜੀ ਜਿਹੜੇ ਦੂਜੀ ਲੱਤਾਂ ਖਿੱਚਣ ਵਾਲੇ ਹੇਟਰਸ ਤਾਂ ਤੁਹਾਨੂੰ ਪਤਾ ਹੀ ਆ, ਹੈ ਨਾ, ਦੋ ਚਾਰ ਤਾਂ ਤਕਰੀਬਨ ਹੁੰਦੇ ਹੀ ਆ ਜੀ। ਬਾਕੀ ਕੁਸ਼ਤੀ ਜਗਤ ਨੇ ਬਹੁਤ ਸਪੋਰਟ ਕੀਤਾ ਜੀ, ਅਤੇ ਬਾਕੀ ਜੇ ਕੋਈ ਕਰਦਾ ਵੀ ਹੈ ਤਾਂ ਮੈਂ ਥੋੜ੍ਹਾ ਜਿਹਾ ਜਿੱਦਾਂ ਇਗਨੋਰ ਹੀ ਕਰ ਦਿੰਦਾ, ਨਾ ਇੰਨਾ ਜ਼ਿਆਦਾ ਮੈਂ ਕਦੀ ਲਿਆਣੀ, ਕਿਉਂਕਿ ਭਾਅ ਜੀ ਜਦੋਂ ਆਪਾਂ ਦੇਖੋ ਜਿਹੜੇ ਤੁਹਾਡੀ ਨੁਕਤਾਚੀਨੀ ਕਰਦੇ ਆ ਉਹ ਵੀ ਬਹੁਤ ਕੁਛ ਸਿਖਾ ਜਾਂਦੇ ਆ। ਜਿਹੜੀ ਭਾਅ ਜੀ ਲਿਖਤਾ ਨਾ, ਲਿਖਤਾ ਜਿਹੜਾ ਆਪਾਂ ਕੁਛ ਲਿਖਦੇ ਹਾਂ ਜਾਂ ਲਿਖਤਾ, ਲਿਖਤ ਕੀ ਆ, ਲਿਖਤ ਇਹ ਆ ਕਿ ਹੁਣ ਆਪਾਂ ਬੈਠੇ ਹਾਂ ਨਾ, ਇੱਥੇ ਆਪਾਂ ਬੈਠੇ ਹਾਂ ਜੀ ਪਾਰਕ 'ਚ, ਹੈ ਨਾ, ਅਤੇ ਆਹ ਸਾਹਮਣੇ ਆਪਣੇ ਜੋ ਕੁਛ ਹੋ ਰਿਹਾ, ਜੋ ਕੁਛ ਆਪਣੇ ਆਲੇ ਦੁਆਲੇ ਹੁੰਦਾ ਆ, ਇਹੀ ਚੀਜ਼ਾਂ ਹੁੰਦੀਆਂ। ਅਤੇ ਜਿਹੜੀ ਉਹ ਲਿਖਤ ਆਪਾਂ ਹੁਣ ਜਿੱਦਾਂ ਸਪੋਰਟਸ 'ਤੇ ਮੈਂ ਲਿਖਦਾ ਹਾਂ, ਠੀਕ ਹੈ ਜੀ, ਮੈਂ ਇੱਕ ਦੰਗਲ 'ਤੇ ਜਾਂਦਾ ਜੀ, ਠੀਕ ਆ, ਉੱਥੇ ਮੈਂ ਬੈਠਾ ਹਾਂ ਜੀ, ਸਾਹਮਣੇ ਭਲਵਾਨ ਤਿਆਰ ਹੁੰਦਾ, ਹੈ ਨਾ, ਨਗੋਟਾ ਪਾਉਂਦਾ ਆ, ਰੁਮਾਲੀ ਲਾਉਂਦਾ ਆ, ਥਾਪੀ ਮਾਰਦਾ ਆ, ਜਾਂ ਉਹਦਾ ਕੋਈ ਐਕਸ਼ਨ ਆ, ਹੈ ਨਾ, ਉਹ ਜਿਹੜੀਆਂ ਚੀਜ਼ਾਂ ਆ ਉਹੀ ਇੱਕ ਲਿਖਤ ਆ। ਕੁਛ ਮੈਂ ਜਿੱਦਾਂ ਮੰਨ ਲਓ ਮੈਂ ਭਾਅ ਜੀ ਮੇਰਾ ਇੱਦਾਂ ਆ ਕਿ ਮੈਂ ਕੁਛ ਵੀ ਜੇ ਲਿਖਦਾ ਨਾ, ਅਤੇ ਆਪਣੇ ਕੋਈ ਇੱਦਾਂ ਨਹੀਂ ਹੈਗਾ ਕਿ ਮੈਂ ਥੋੜ੍ਹਾ ਜਿਹਾ ਅੱਜ ਲਿਖ ਲਿਆ ਥੋੜ੍ਹਾ ਜਿਹਾ ਕੱਲ੍ਹ, ਮੈਂ ਔਨ ਦੀ ਸਪੋਰਟ ਲਿਖਦਾ। ਅਤੇ ਬਾਕੀ ਬਹੁਤ ਸਾਰੇ ਪਹਿਲਵਾਨ ਨੇ, ਤੁਹਾਨੂੰ ਕਿਹੜਾ ਪਸੰਦ ਹੈ, ਉਹਦੇ 'ਤੇ ਕੋਈ ਸ਼ੇਰ ਲਿਖਿਆ ਹੋਵੇ? ਭਾਅ ਜੀ ਪਸੰਦ ਦੀ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਜੀ, ਕਿਉਂਕਿ ਭਾਅ ਜੀ ਆਪਾਂ, ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ, ਮੈਂ ਵਟਸਐਪ ਗਰੁੱਪਾਂ 'ਚ ਵੀ ਕਹਿੰਦਾ ਵੀ ਭਲਵਾਨੀ ਨੂੰ ਪਿਆਰ ਕਰੋ, ਕਿਸੇ ਇਨਸਾਨ ਨੂੰ ਨਹੀਂ, ਭਲਵਾਨੀ ਨੂੰ ਪਿਆਰ ਕਰੋ। ਹੁਣ ਮੈਂ ਜਿੰਨੇ ਵੀ ਮੈਂ ਸੀਨੀਅਰ ਵੱਡੇ ਭਲਵਾਨ ਜਿੱਦਾਂ ਸ਼ਿੰਦਾ ਭਲਵਾਨ ਜੀ ਪੱਟੀ ਹੋਏ, ਪਦਾਰਥ ਭਲਵਾਨ ਜੀ ਹੋਏ, ਜਾਂ ਕਲਤਾਰ ਭਲਵਾਨ ਜੀ ਡੂਮ ਛੇੜੀ, ਕਰਮਾ ਭਲਵਾਨ ਜੀ ਆ ਬਿਲੜਵਾਲ ਤੋਂ, ਜਿੰਨੇ ਵੀ ਮੈਂ ਜਿੰਨੀ ਕੁ ਸੰਗਤ ਕੀਤੀ ਆ, ਉਹ ਇਹੀ ਸਿਖਾਉਂਦੇ ਆ, ਹੈ ਨਾ, ਕਿ ਭਲਵਾਨ ਜੀ ਕੋਲ, ਸ਼ਿੰਦਾ ਭਲਵਾਨ ਜੀ ਕੋਲ ਪਿੱਛੇ ਜੇ ਮੈਨੂੰ ਘੰਟਾ ਦੋ ਘੰਟੇ ਬਹਿਣ ਦਾ ਮੌਕਾ ਮਿਲਿਆ ਸੀਗਾ, ਅਤੇ ਉਹ ਇਹੀ ਕਹਿੰਦੇ ਕਿ ਮਤਲਬ ਭਲਵਾਨੀ ਨੂੰ ਪਿਆਰ ਕਰੋ। ਬੇਸ਼ੱਕ ਅੱਜ ਜੱਸੇ ਪੱਟੀ ਦਾ ਵੱਡਾ ਨਾਮ ਆ, ਠੀਕ ਹੈ ਜੀ, ਅਤੇ ਉਹ ਕਹਿੰਦੇ ਕਿ ਨਹੀਂ ਤੁਸੀਂ ਭਲਵਾਨੀ ਨੂੰ ਪਿਆਰ ਕਰੋ। ਜੇ ਮੈਂ ਹੁਣ ਇੱਕ ਦਾ ਨਾਮ ਲਵਾਂਗਾ ਤਾਂ ਦੂਜੇ ਸੋਚਣਗੇ। ਸ਼ੇਰ ਜਿਹੜਾ ਤੁਹਾਨੂੰ ਆਪ ਨੂੰ ਬੜਾ ਪਸੰਦ ਹੋਵੇ? ਸ਼ੇਰ ਭਾਅ ਜੀ ਇੱਦਾਂ ਕਿ ਜਿਹੜਾ ਅੱਜ ਤੋਂ ਆਪਾਂ ਸ਼ੁਰੂਆਤ ਕੀਤੀ ਸੀਗੀ, ਇਹ ਤਾਂ ਉਹ ਚੀਜ਼ ਸੀਗੀ ਵੀ ਜਿਹੜੇ ਜਿੱਦਾਂ ਮੈਂ ਕਿਸੇ ਦੰਗਲ 'ਤੇ ਜਾਂਦਾ ਸੀਗਾ ਤਾਂ ਮੈਨੂੰ ਉਹ ਜਿੱਦਾਂ ਸੋਨੂ ਨਹੀਂ ਸੀ ਕਹਿੰਦੇ ਵੀ ਜਿੱਦਾਂ ਕੋਈ ਜਿੰਨੇ ਵੀ ਵਾਕਫ ਬੰਦੇ ਆ, ਹੈ ਨਾ, ਅਤੇ ਕੁਸ਼ਤੀ ਜਗਤ ਤਾਂ ਤਕਰੀਬਨ ਸਾਰਾ ਵਾਕਫ ਸੀਗਾ, ਅਤੇ ਜਦੋਂ ਮੈਨੂੰ ਕਿਸੇ ਨੇ ਬੁਲਾਉਣਾ ਤਾਂ ਜਿੱਦ ਮੈਂ ਇੱਦਾਂ ਖੜ੍ਹੇ ਹੋਣਾ ਤਾਂ ਪਿੱਛੋਂ ਆ ਕੇ ਜੱਫੀ ਪਾ ਕੇ ਕਹਿਣਾ ਸੋਨੂ ਕਿਰਲਗੜ ਵਾਲਿਆ, ਵੇ ਪੰਜਾਬ ਦੇ ਸੂਰਜ ਚੜ੍ਹਦੇ ਆ। ਸੋ ਉਹ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀਗੀ ਉਹ ਚੀਜ਼ਾਂ ਬਾਈ, ਜਿਸ ਵਕਤ ਪਹਿਚਾਣ ਨਹੀਂ ਸੀਗੀ, ਤੁਸੀਂ ਲਿਖਦੇ ਸੀਗੇ, ਲਿਖਦੇ ਲਿਖਦੇ ਜਦੋਂ ਪਹਿਚਾਣ ਬਣੀ, ਲੋਕ ਜਦੋਂ ਜਾਣਦੇ ਰਹੇ ਤੁਹਾਨੂੰ, ਹੈ ਨਾ, ਮਾਣ ਬਖਸ਼ਦੇ ਰਹੇ, ਉਹ ਇੱਕ ਰਾਈਟਰ ਲਈ ਫੀਲਿੰਗ ਕਿਹੋ ਜਿਹੀ ਹੁੰਦੀ? ਭਾਅ ਉਦੋਂ ਤਾਂ ਇੱਦਾਂ ਆ ਕਿ ਜਦੋਂ ਹੁਣ ਆਪਾਂ ਕੁਸ਼ਤੀ 'ਤੇ ਲਿਖਣਾ ਸਟਾਰਟ ਕੀਤਾ, ਅਤੇ ਪਹਿਲਾਂ ਮੈਂ ਦੱਸਿਆ ਕਬੱਡੀ 'ਤੇ ਲਿਖਦਾ ਸੀਗਾ, ਅਤੇ ਕਿਉਂਕਿ ਭਾਅ ਜੀ ਇੱਕ ਨਾ ਜਿਹੜੀ ਇਹ ਚੀਜ਼ ਆ ਨਾ, ਇਹਦੇ 'ਚ ਸਟਰਗਲ ਬਹੁਤ ਕਰਨੀ ਪੈਂਦੀ ਆ। ਜਦੋਂ ਮੈਂ ਸਟਾਰਟ ਕੀਤਾ ਸੀਗਾ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਥੋੜ੍ਹੀ, ਮੇਰੀ ਸੋਚ ਇੱਦਾਂ ਦੀ ਸੀਗੀ ਕਿ ਮੈਂ ਮਿਹਨਤ ਨਾਲ ਬਾਹਰ ਆਵਾਂ, ਅਤੇ ਉਦੋਂ ਚਲੋ, ਹੈ ਨਾ, ਕਈ ਚੀਜ਼ਾਂ ਮਤਲਬ ਸੋਸ਼ਲ ਮੀਡੀਆ ਤੋਂ ਚੱਕ ਕੇ, ਇੱਕ ਵਾਰ ਦੀ ਗੱਲ ਆ, ਸਾਡੇ ਉੱਥੇ ਅਸੀਂ ਟੂਰਨਾਮੈਂਟ 'ਤੇ ਗਏ, ਸ਼ੋਅ ਮੈਚ ਸੀਗਾ ਕਬੱਡੀ ਦਾ, ਅਤੇ ਉੱਥੇ ਅਸੀਂ ਗਏ ਜਦੋਂ ਤਾਂ ਮੈਂ ਪੁੱਛਿਆ, ਹੈ ਨਾ, ਉੱਥੇ ਕਮੈਂਟੇਟਰ ਨੇ ਸ਼ੇਅਰ ਬੋਲਿਆ ਤਾਂ ਉਹਨੇ ਨਾਂ ਆਪਣਾ ਬੋਲਿਆ ਵਿੱਚ, ਤਾਂ ਮੈਂ ਉਦੋਂ, ਕਿਉਂਕਿ ਮੇਰੀ ਪਛਾਣ ਨਹੀਂ ਸੀ ਕੋਈ, ਅਤੇ ਮੈਂ ਉਹਨੂੰ ਕਿਹਾ ਕਿ ਭਾਅ ਜੀ ਇੱਦਾਂ ਸ਼ੇਅਰ ਜਿਹੜਾ ਆ ਵੀ ਇਹ ਵੀ ਮੁੰਡਾ ਸੋਨੂ ਆ, ਮੈਂ ਉਹਨੂੰ ਐਂ ਨਹੀਂ ਦੱਸਿਆ ਕਿ ਮੈਂ ਸੋਨੂ ਆ, ਮੈਂ ਕਿਹਾ ਵੀ ਉਹ ਸੋਨੂ ਦਾ ਲਿਖਿਆ ਆ, ਅਤੇ ਮੈਂ ਕਿਹਾ ਤੁਸੀਂ, ਅਤੇ ਫਿਰ ਉਹਨੂੰ ਮੈਂ ਜਦ ਮੈਂ ਚਲੋ ਮੈਂ ਦੱਸ ਵੀ ਦਿੱਤਾ ਕਿ ਮੇਰਾ ਲਿਖਿਆ ਆ ਕਿ ਮੈਂ ਹੀ ਸੋਨੂ ਆ, ਚਲੋ ਬਾਅਦ 'ਚੋਂ ਗੱਲਾਂ 'ਚ ਮੈਂ ਦੱਸਿਆ, ਅਤੇ ਉਹ ਜਿੱਦਾਂ ਨਾ ਇੱਕ ਟਿਚ ਜੀ ਕਰਦੇ ਹੁੰਦੇ ਸੀਗੇ, ਕਿਉਂਕਿ ਜਦੋਂ ਆਪਣਾ ਨਾਮ ਨਹੀਂ, ਹੈ ਨਾ, ਅਤੇ ਉਹ ਚੀਜ਼ਾਂ ਉਦੋਂ ਬੜਾ ਦਿਲ ਜਿਹਾ ਵੀ ਟੁੱਟਦਾ ਹੁੰਦਾ ਵੀ ਯਾਰ ਛੱਡੀਏ ਕਿਹੜਾ ਕਿਉਂ, ਹੈ ਨਾ, ਇਸ ਚੀਜ਼ 'ਤੇ। ਪਰ ਉਸ ਤੋਂ ਬਾਅਦ ਮਤਲਬ ਕਾਫੀ ਚੀਜ਼ਾਂ ਸੀਗੀਆਂ ਕਬੱਡੀ 'ਤੇ, ਕੁਸ਼ਤੀ 'ਤੇ, ਅਤੇ ਉਹ ਜਦੋਂ ਵਟਸਐਪ 'ਤੇ ਮੈਂ ਪਾਇਆ ਕਰਨੀਆਂ ਤਾਂ ਸਭ ਤੋਂ ਪਹਿਲਾਂ ਕੁਲਵੀਰ ਬਾਈ ਨੇ ਬੋਲੀਆਂ, ਕਈ ਨੋਰ ਤੋਂ ਕਮੈਂਟੇਟਰ ਆ, ਉਹਨਾਂ ਨੇ ਬੋਲੀਆਂ, ਅਤੇ ਉਹ ਇੱਕ ਕੁਸ਼ਤੀ ਦੇ ਬਹੁਤ ਵੱਡੇ ਬੁਲਾਰੇ ਆ, ਅਤੇ ਮੇਰੇ ਵਾਸਤੇ ਉਦੋਂ
ਜਿਹੜੀ ਤੁਸੀਂ ਮਾਨ ਦੀ ਗੱਲ ਕੀਤੀ, ਮੇਰੇ ਵਾਸਤੇ ਉਦੋਂ ਜਦੋਂ ਮੈਂ ਪਹਿਲੀ ਵਾਰ ਸੁਣਿਆ ਤਾਂ ਮੈਂ ਇੱਦਾਂ ਛਿੰਝ ਲਾਈਵ ਦੇਖਦਾ ਸੀਗਾ, ਲਾਈਵ ਦੇਖਦਾ ਸੀਗਾ, ਅਤੇ ਮੈਂ ਸੁਣਿਆ ਤਾਂ ਮੈਨੂੰ ਇੰਨਾ ਵਧੀਆ ਲੱਗਿਆ, ਮੈਂ ਜਿੱਦਾਂ ਹੈ ਨਾ ਵੀ ਉਹ ਚੀਜ਼ ਫਿਰ ਮੈਂ ਕੱਟ ਕੇ ਰੱਖੀ ਆਪਣੇ ਕੋਲ, ਪੂਰਾ ਦੰਗਲ ਪਹਿਲਾਂ ਡਾਊਨਲੋਡ ਕੀਤਾ ਅਤੇ ਉਹਨੂੰ ਫਿਰ ਜਿੱਦਾਂ ਕੱਟ ਕੇ ਰੱਖਿਆ, ਉਹ ਚੀਜ਼ਾਂ ਅਜੇ ਵੀ ਮੇਰੇ ਫੇਸਬੁੱਕ 'ਤੇ ਪਈਆਂ। ਸਟਰਗਲ ਦੀ ਤੁਸੀਂ ਗੱਲ ਕਰ ਰਹੇ ਹੋ, ਕਿੰਨਾ ਕੁ ਸਟਰਗਲ ਰਿਹਾ, ਕਦੋਂ ਤੋਂ ਤੁਸੀਂ ਜੁੜੇ ਹੋ, ਕਿੰਨੇ ਕੁ ਸਾਲ ਹੋ ਗਏ? ਜੁੜੇ ਤਾਂ ਭਾਅ ਜੀ ਇੱਦਾਂ ਆ ਕਿ ਲਿਖਣ ਦੀ ਗੱਲ ਤਾਂ ਮੈਂ ਤੁਹਾਨੂੰ ਦੱਸੀ ਕਿ ਮੈਂ 5ਵੀਂ ਕਲਾਸ 'ਚ ਪੜ੍ਹਦਾ ਸੀਗਾ ਜਦੋਂ ਦਾ ਮੈਂ ਲਿਖਦਾ ਸੀਗਾ, ਅਤੇ ਉਦੋਂ ਇੱਕ ਸ਼ੇਰ ਵੀ ਲਿਖਿਆ ਸੀਗਾ ਕਿ 5ਵੀਂ ਕਲਾਸ ਵਿੱਚ ਪੜ੍ਹਦਾ ਸੀ ਤੁਹਾਨੂੰ ਜਦੋਂ ਚੱਕੀ ਸੀ ਕਲਮ ਲਿਖੋ ਸੱਚ ਮੇਰੇ ਵੀਰਿਓ, ਕਿ ਜਦੋਂ ਕੋਈ ਤੁਰਦਾ ਹੈ ਮੰਜ਼ਿਲਾਂ ਦੇ ਰਾਹ ਨੂੰ ਉਹਦੇ ਪੈਰਾਂ ਵਿੱਚ ਸੁੱਟੀ ਦਾ ਨਹੀਂ ਕੱਚ ਮੇਰੇ ਵੀਰਿਓ। ਸੋ ਜਿਹੜੀ ਸਟਰਗਲ ਆ ਭਾਅ ਜੀ ਇਹ ਤਾਂ ਉਹ ਮਤਲਬ ਉਦੋਂ ਤੋਂ ਬਚਪਨ ਤੋਂ ਹੀ ਆ, ਜਿੱਦਾਂ ਕਹਿ ਲਓ ਤੁਸੀਂ ਵੀ ਲਿਖਣ ਦਾ ਸ਼ੌਂਕ ਸੀਗਾ, ਚੀਜ਼ਾਂ ਲਿਖੀਆਂ ਸੀਗੀਆਂ ਉਦੋਂ, ਚਲੋ ਮੋਬਾਈਲ ਵਗੈਰਾ ਨਹੀਂ ਸੀਗੇ ਹੁੰਦੇ ਕਿਉਂਕਿ ਸਾਡੇ ਤਾਂ ਉੱਧਰ ਬਾਰਡਰ ਏਰੀਆ ਜਮ੍ਹਾਂ ਪਾਕਿਸਤਾਨ ਦੇ ਨਾਲ ਲੱਗਦਾ ਪਿੰਡ ਆ, ਅਤੇ ਮਤਲਬ ਤੁਸੀਂ ਕਹਿ ਲਓ ਕਿ ਉਦੋਂ ਮੋਬਾਈਲ ਨਹੀਂ ਸੀਗੇ ਅਤੇ ਨਾ ਹੀ ਇੰਨਾ ਪਤਾ ਸੀਗਾ, ਕੁਛ ਲਿਖਿਆ ਹੋਣਾ ਉਹ ਜਿੱਦਾਂ ਗੁੰਮ ਗੰਮ ਹੋ ਜਾਂਦਾ ਸੀਗਾ। ਤੁਸੀਂ ਲੰਮੇ ਸਮੇਂ ਤੋਂ ਪਹਿਲਵਾਨੀ ਨੂੰ ਦੇਖ ਰਹੇ ਹੋ, ਵਾਚ ਰਹੇ ਹੋ, ਕਿਹੜੀਆਂ ਕੁ ਲੱਗਦੀਆਂ ਤੁਹਾਨੂੰ ਕਿ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਹੈ ਇਹ ਇਹਦਾ ਗ੍ਰਾਫ ਹੇਠਾਂ ਸੁੱਟ ਰਹੀਆਂ ਨੇ ਜਾਂ ਮੁਸ਼ਕਲ ਖੜੀਆਂ ਕਰ ਰਹੀਆਂ ਨੇ ਪਹਿਲਵਾਨੀ ਦੇ ਭਵਿੱਖ 'ਚ? ਹਾਂਜੀ ਭਾਅ ਜੀ, ਜਿੱਥੋਂ ਤੱਕ ਮੇਰਾ ਆਈਡੀਆ ਆ, ਚਲੋ ਮੈਂ ਇੰਨਾ ਸਿਆਣਾ ਤਾਂ ਹੈ ਨਹੀਂ ਅਜੇ ਕਿ ਮੈਂ ਕੁਸ਼ਤੀ ਬਾਰੇ ਜਾਂ ਪਹਿਲਵਾਨਾਂ ਬਾਰੇ ਕੁਛ ਹੈ ਨਾ ਵੀ ਮਤਲਬ ਬੋਲਾਂ, ਬਾਕੀ ਦੇਖੋ ਜੀ ਹਰੇਕ ਚੀਜ਼ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੀ ਹੈ ਗਲਤ। ਹੁਣ ਦਲਾਲਬਾਜ਼ੀ ਜਿੱਦਾਂ ਲੈ ਲਈਏ ਆਪਾਂ ਕਿ ਦਲਾਲਬਾਜ਼ੀ ਬਹੁਤ ਚੱਲ ਰਹੀ ਆ, ਅਤੇ ਤੁਹਾਡੇ ਵੀ ਚੈਨਲ 'ਤੇ ਕਾਫੀ ਇੰਟਰਵਿਊਜ਼ ਆਈਆਂ, ਤੁਸੀਂ ਵੀ ਗੱਲ ਮੁੱਦਾ ਚੱਕਿਆ ਸੀਗਾ ਇਹ, ਉਹਦੇ ਵਾਸਤੇ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਥੈਂਕਸ ਵੀ ਕਰਦਾ। ਅਤੇ ਇਹ ਜਿਹੜੀ ਦਲਾਲਬਾਜ਼ੀ ਆ ਭਾਅ ਜੀ, ਇਹ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਥੱਲੇ ਲੈ ਕੇ ਆ ਰਹੀ ਪਹਿਲਵਾਨੀ ਨੂੰ, ਇਹ ਬੰਦ ਹੋਣੀ ਚਾਹੀਦੀ ਆ, ਅਤੇ ਇਹਦੇ ਵਾਸਤੇ ਸ਼ਾਇਦ ਸਾਰੇ ਭਲਵਾਨਾਂ ਨੂੰ ਇੱਕ ਜਿੱਦਾਂ ਮੰਚ 'ਤੇ ਆਉਣਾ ਪੈਣਾ, ਇੱਕ ਸਟੇਜ 'ਤੇ ਆ ਕੇ ਇਕੱਠੇ ਹੋਣ ਦੀ ਲੋੜ ਆ ਸ਼ਾਇਦ, ਅਤੇ ਉਹ ਦੇਖੋ ਜੀ ਅੱਗੇ ਨੈਕਸਟ। ਦਲਾਲਬਾਜ਼ੀ ਹੋ ਕਿਵੇਂ ਰਹੀ ਹੈ, ਕੌਣ ਕਰ ਰਿਹਾ, ਮਤਲਬ ਕਿਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਮੁੱਖ ਤੌਰ 'ਤੇ ਦਲਾਲਬਾਜ਼ੀ ਕਰ ਰਹੇ ਆ, ਅਤੇ ਉਹ ਪਹਿਲਵਾਨਾਂ ਨੂੰ ਉਹਦਾ ਨੁਕਸਾਨ ਮੁੱਖ ਤੌਰ 'ਤੇ ਕੀ ਹੁੰਦਾ? ਇਹ ਦਲਾਲਬਾਜ਼ੀ ਭਾਅ ਜੀ ਜਿੱਦਾਂ ਆਪਾਂ ਕਹਿ ਲਈਏ ਕਿ ਜਿਹੜੇ ਬੰਦੇ ਕੁਸ਼ਤੀ ਨੂੰ ਥੋੜ੍ਹਾ ਜਿਹਾ ਜਿੱਦਾਂ ਨੇੜਿਓਂ ਜਾਣਦੇ ਆ, ਅਤੇ ਉਹ ਜਿੱਦਾਂ ਕਮੇਟੀ ਹੁਣ ਉਹਦੇ ਤੱਕ ਜਿੱਦਾਂ ਕਹਿ ਲਓ ਪਹੁੰਚ ਕਰਦੀ ਹੈ ਨਾ ਭਾਅ ਜੀ, ਇਹਦੇ ਵਿੱਚ ਨਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਵਿਸਥਾਰ 'ਚ ਦੱਸਦਾ, ਕਈ ਵਾਰ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਕਈ ਵਾਰ ਨਾ ਜਦੋਂ ਮਤਲਬ ਕੁਸ਼ਤੀ ਵੱਜੀ ਹੁੰਦੀ ਆ ਅਤੇ ਕਈ ਵਾਰ ਭਲਵਾਨ ਪਹਿਲਵਾਨਾਂ ਦੀ ਥੋੜ੍ਹੀ ਮਜਬੂਰੀ ਬਣ ਜਾਂਦੀ, ਜਿਹੜਾ ਬੰਦਾ ਮਜਬੂਰੀ 'ਚ ਨੇੜੇ ਆ ਕੇ, ਹੁਣ ਪਹਿਲਵਾਨ ਚਲੋ ਜਿੱਦਾਂ ਮੰਨ ਲਓ ਕਿਸੇ ਭਲਵਾਨ ਨੇ ਜਵਾਬ ਦੇ ਦਿੱਤਾ ਹੈ ਨਾ, ਅਤੇ ਉਹ ਤਾਂ ਕਰਕੇ ਕਮੇਟੀਆਂ ਇਹ ਸੋਚਦੀਆਂ ਆ ਕਿ ਆਪਾਂ ਮਤਲਬ ਵਿੱਚ ਕੋਈ ਵਿਚੋਲਾ ਪਾ ਲਈਏ, ਉਹ ਫਿਰ ਜਿਹੜੀ ਦਲਾਲਬਾਜ਼ੀ ਆ ਉਹ ਹੁਣ ਕਈ ਭਲਵਾਨਾਂ ਦੇ ਜਿੱਦਾਂ ਕਾਫੀ ਮੋਟੀ ਰਕਮ ਵਿੱਚੋਂ ਮਤਲਬ ਉਡਾ ਦਿੰਦੇ ਆ। ਸੋ ਜਿਹੜੇ ਕਰਦੇ ਆ ਭਾਅ ਜੀ ਹੈ ਨਾ ਇਹ ਸਾਰਾ ਕੁਛ ਇੱਥੇ, ਕਿਉਂਕਿ ਭਾਅ ਜੀ ਮੈਂ ਤਾਂ ਜਿਹੜੇ ਭਲਵਾਨੀ ਆ ਇਹਦੇ 'ਚੋਂ ਰੱਬ ਦੇਖਿਆ ਆ, ਗੁਰੂ ਘਰ ਦਾ ਪੈਸਾ ਖਾ ਲਿਆ ਭਲਵਾਨ ਦਾ ਖਾ ਲਿਆ ਇੱਕ ਬਰਾਬਰ ਆ, ਅਤੇ ਜੇ ਮੈਂ ਕਹਿੰਦਾ ਕਿ ਕੋਈ ਕਰਦਾ ਆ ਤਾਂ ਇੱਥੇ ਸਾਰਾ ਕੁਛ ਭੁਗਤ ਕੇ ਜਾਣਾ, ਅਤੇ ਜਿਹੜੀ ਮਤਲਬ ਇਹਨੂੰ ਬੰਦ ਕਰਨ ਦੀ ਆ ਉਹ ਤਾਂ ਮੈਂ ਮਤਲਬ ਮੈਨੂੰ ਤਾਂ ਇਹੀ ਲੱਗਦਾ ਕਿ ਸਾਰੇ ਜਿਹੜੀ ਮਤਲਬ ਪਹਿਲਵਾਨੀ ਜਾਂ ਕੁਸ਼ਤੀ ਜਗਤ ਆ ਉਹ ਸਾਰਾ ਇੱਕ ਮੰਚ 'ਤੇ ਆਵੇ, ਇੱਕ ਸਟੇਜ 'ਤੇ ਆਵੇ, ਅਤੇ ਇਹਦੇ ਵਾਸਤੇ ਕਿਉਂਕਿ ਭਾਅ ਜੀ ਉਹਦੇ ਵਿੱਚ ਲੋਸ ਹੋਊਗਾ, ਸਭ ਤੋਂ ਪਹਿਲਾਂ ਭਲਵਾਨਾਂ ਨੂੰ ਨਾ ਲੋਸ ਹੋਊਗਾ ਇੱਕ ਸਾਲ, ਜਦੋਂ ਆਪਾਂ ਇਹ ਚੀਜ਼ ਦੇ ਬਾਰੇ ਸਾਰੇ ਰਲ ਕੇ ਜਦੋਂ ਆਪਾਂ ਚੱਕਦੇ ਹਾਂ ਮੁੱਦਾ, ਅਤੇ ਭਲਵਾਨਾਂ ਨੂੰ ਲੋਸ ਕਿੱਦਾਂ ਹੋਊਗਾ ਮੈਂ ਤੁਹਾਨੂੰ ਦੱਸਦਾ ਜੀ, ਕਿਉਂਕਿ ਜੇ ਇਹਨੂੰ ਬੰਦ ਆਪਾਂ ਕਰਨਾ ਨਾ ਤਾਂ ਉਹ ਮਤਲਬ ਇੱਦਾਂ ਆ ਕਿ ਭਲਵਾਨਾਂ ਨੂੰ ਚਾਹੀਦਾ ਕਿ ਜਦੋਂ ਵੀ ਇਹ ਫੋਨ ਕਰਦੇ ਆ ਹੈ ਨਾ ਅਤੇ ਭਲਵਾਨ ਜਵਾਬ ਦੇਣ ਸਾਰੇ। ਹੁਣ ਇੱਦਾਂ ਹੁੰਦਾ ਜੀ ਜੇ ਇੱਕ ਭਲਵਾਨ ਨੇ ਜਵਾਬ ਦੇ ਦਿੱਤਾ ਦਲਾਲ ਨੂੰ ਹੈ ਨਾ, ਉਹ ਮੰਨ ਲਓ ਉਹ ਦੱਸਦਾ ਕਿ ਹਾਂ ਇੱਥੇ 51,000 ਦੀ ਜਾਂ 71,000 ਦੀ 61,000 ਦੀ ਕੁਸ਼ਤੀ ਆ ਜਾਂ ਨੀਚੇ ਵਾਲੇ ਹੈ ਨਾ ਕਹਿ ਲਓ ਤੁਸੀਂ, ਅਤੇ ਉਹ ਜਦੋਂ ਇੱਕ ਭਲਵਾਨ ਜਵਾਬ ਦੇ ਦਿੰਦਾ ਆ ਤਾਂ ਦੂਜਾ ਐਟੋਮੈਟਿਕਲੀ ਹੀ ਉੱਥੇ ਹਾਂ ਕਰ ਦਿੰਦਾ ਆ, ਮਤਲਬ ਉਹੀ ਇੱਕ ਸਟੇਜ 'ਤੇ ਆਉਣ ਦੀ ਤਾਂ ਹੀ ਲੋੜ ਆ, ਅਤੇ ਉਹ ਜਦੋਂ ਦੂਜਾ ਹੁਣ ਦੂਜੇ ਨੇ ਉੱਥੇ ਘੋਲਿਆ ਠੀਕ ਹੈ। ਕਿੰਨੇ ਕੁ ਦਲਾਲ ਨੇ ਤੁਹਾਨੂੰ ਲੱਗਦਾ ਜਿਹੜੇ ਸਰਗਰਮ ਹੈ ਮੁੱਖ ਤੌਰ? ਭਾਅ ਜੀ ਬਹੁਤ ਨੇ, ਬਹੁਤ ਨੇ, ਪਿੱਛੇ ਜੇ ਵੀਡੀਓ ਵਾਇਰਲ ਹੋਈਆਂ ਭਲਵਾਨ ਗੱਲ ਵੀ ਪਏ ਅਤੇ ਵੀਡੀਓ ਵਾਇਰਲ ਹੋਈਆਂ। ਸੋ ਉਹ ਆ ਜਿਹੜਾ ਮੇਨ ਕਾਰਨ ਉਹਨੂੰ ਬੰਦ ਕਰਨ ਦਾ ਸ਼ੋਰਟ 'ਚ ਮੈਂ ਦੱਸਾਂ ਤਾਂ ਸ਼ਾਇਦ ਇਹੀ ਆ ਕਿ ਇੱਕ ਸਾਲ ਭਲਵਾਨਾਂ ਨੂੰ ਉਹਦੇ ਨਾਲ ਲੋਸ ਵੀ ਹੋਊਗਾ, ਲੋਸ ਮੈਂ ਦੱਸਤਾ ਤੁਹਾਨੂੰ ਹੈ ਨਾ ਕਿ ਜਦੋਂ ਸਾਰੇ ਇਕੱਠੇ ਹੋਣਗੇ ਹੈ ਨਾ, ਹੋ ਸਕਦਾ ਕਿ ਜਿਹੜਾ ਭਲਵਾਨ ਮੰਨ ਲਓ ਸੀਜ਼ਨ 'ਚ ਜਿੱਦਾਂ ਮੰਨ ਲਓ ਕੋਈ ਇੱਕ ਜਿੱਦਾਂ ਮੰਨ ਲਓ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਜਿੱਦਾਂ 60 ਲੜਦਾ ਛਿੰਝਾਂ, ਹੋ ਸਕਦਾ ਉਹਨੂੰ 20 ਲੜਨੀਆਂ ਪੈਣ,
ਕਿਉਂਕਿ ਜਦੋਂ ਇਹ ਚੀਜ਼ ਨੂੰ ਬੰਦ ਕਰਾਂਗੇ ਤਾਂ ਭਲਵਾਨਾਂ ਦਾ 1 ਸਾਲ ਲੋਸ ਹੋਊਗਾ, ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਭਲਵਾਨੀ ਦਾ ਜਿਹੜਾ ਗ੍ਰਾਫ ਆ ਉੱਤੇ ਜਾਊਗਾ, ਅਤੇ ਜਿਹੜੀ ਭਲਵਾਨਾਂ ਦੀ ਜਿਹੜੀ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਆ ਉੱਤੇ ਸ਼ਾਇਦ ਕੋਈ ਡਾਕਾ ਨਹੀਂ ਮਾਰ ਸਕੂਗਾ, ਡਾਕਾ ਨਹੀਂ ਮਾਰ ਸਕੂਗਾ, ਹੈ ਨਾ ਬਾਈ। ਇੱਕ ਗੱਲ ਹੋਰ, ਨੂਰਾ ਕੁਸ਼ਤੀ ਬਹੁਤ ਪੁਰਾਣੀ ਰਹੀ ਆ ਕਿ ਪਹਿਲਵਾਨ ਮਿਲ ਕੇ ਘੁਲਦੇ ਨੇ, ਅੱਜ ਦੇ ਸਮੇਂ 'ਚ ਦੇਖੀਏ ਤਾਂ ਇਹ ਕਾਫੀ ਵੱਧ ਵੀ ਰਿਹਾ, ਤੁਸੀਂ ਵੀ ਨੋਟ ਕਰਦੇ ਹੋਵੋਗੇ ਛਿੰਝਾਂ 'ਚ ਸੈਦੋ ਕੁਸ਼ਤੀ ਬਹੁਤ ਹੋ ਰਹੀ ਹੈ, ਇਹਦੇ ਬਾਰੇ ਕੀ ਸੋਚਿਆ, ਕੀ ਲੱਗਦਾ ਹੁੰਦਾ ਜਦੋਂ ਤੁਹਾਡੇ ਸਾਹਮਣੇ ਸੈਦੋ ਕੁਸ਼ਤੀ ਚੱਲਦੀ? ਭਾਅ ਜੀ ਇਹਦੇ ਬਾਰੇ ਹੁਣ ਇੱਦਾਂ ਆ ਕਿ ਜਿੰਨਾ ਰੌਲਾ ਆ ਉਨਾ ਕੁਛ ਹੈ ਨਹੀਂ, ਚਲੋ ਮੈਂ ਮਤਲਬ ਇਹ ਵੀ ਨਹੀਂ ਕਹਿੰਦਾ ਵੀ ਹੁੰਦੀ ਨਹੀਂ ਆ, ਮਤਲਬ ਚਲੋ ਜੇ ਕਿਤੇ, ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਮੇਰੀ ਇੰਨੀ ਕੁ ਜੇ ਔਕਾਤ ਹੈ ਨਹੀਂ ਕਿ ਮੈਂ ਭਲਵਾਨੀ ਬਾਰੇ ਬੋਲਾਂ, ਕੁਛ ਨੈਗੇਟਿਵ ਬੋਲਾਂ, ਅਤੇ ਬਾਕੀ ਮੈਂ ਦੱਸਦਾ ਜੀ ਕਿ ਜਿੰਨਾ ਰੌਲਾ ਆ ਉਨਾ ਹੈ ਨਹੀਂ ਸ਼ਾਇਦ, ਪਰ ਜੇ ਕਿਤੇ ਹੁੰਦਾ ਆ ਤਾਂ ਉਹਦੇ ਵਾਸਤੇ ਫਿਰ ਆਪਾਂ ਨੂੰ ਹੈ ਨਾ, ਮੰਨ ਲਓ ਅੱਜ ਕੱਲ੍ਹ ਭਾਅ ਜੀ ਹੁਣ ਤਾਂ ਜਿੱਦਾਂ ਮੰਨ ਲਓ ਕਹਿ ਲਓ ਕਿ ਵਟਸਐਪ ਗਰੁੱਪ ਬਣ ਗਏ, ਦੁਨੀਆ ਬਹੁਤ ਅਵੇਅਰ ਆ, ਮਤਲਬ ਅੱਜ ਕੱਲ੍ਹ ਜੇ ਛਿੰਝ ਹੁੰਦੀ ਆ ਛਿੰਝ ਖਤਮ ਹੋਣ ਤੋਂ 15 ਮਿੰਟ 'ਚ ਸਾਰੀ ਰਿਪੋਰਟ ਆ ਜਾਂਦੀ ਗਰੁੱਪਾਂ 'ਚ ਕਿ ਮਤਲਬ ਇਹਦੀ ਕੁਸ਼ਤੀ 1 ਮਿੰਟ ਬਰਾਬਰ ਹੋਈ, ਸਾਰਾ ਕੁਛ ਉਹ ਦੁਨੀਆ ਉਹ ਚੀਜ਼ਾਂ ਨੂੰ ਨੋਟਸ ਕਰਦੀ ਹੈ, ਸੋ ਇਹ ਥੋੜ੍ਹਾ ਜਿਹਾ ਰੌਲਾ ਵੀ ਆ ਜ਼ਿਆਦਾ ਆ, ਉਨਾ ਕੁਛ ਹੈ ਨਹੀਂ। ਹੁਣ ਮੈਂ ਦੱਸਦਾ ਭਾਅ ਜੀ, ਹੁਣ ਇੱਕ ਭਲਵਾਨ ਆ ਜੀ, ਦੇਖੋ ਦੁਨੀਆ ਦੀ ਗੱਲ ਦੱਸਣ ਲੱਗਾ, ਇੱਕ ਭਲਵਾਨ ਆ ਜੇ ਉਹ ਅੱਜ ਤੁਸੀਂ ਕਹਿ ਲਓ ਵੀ ਜੇ ਉਹ ਢਹਿ ਗਿਆ, ਲੋਕ ਕਹਿੰਦੇ ਮਾੜਾ ਘੁਲ ਗਿਆ, ਜੇ ਢਹਿ ਗਿਆ ਨਾ 5-6 ਮਿੰਟ 'ਚ ਕੁਸ਼ਤੀ ਨਿਬੜ ਗਈ ਤਾਂ ਲੋਕ ਕਹਿੰਦੇ ਮਤਲਬ ਕੁਸ਼ਤੀ ਗਲਤ ਕਰਾਤੀ ਹੈ, ਜਾਂ ਭਲਵਾਨ ਨੂੰ ਕਹਿਣਗੇ ਕਿ ਇਹ ਮਾੜਾ ਘੁਲਿਆ ਜਾਂ ਕਿੱਦਾਂ। ਜੇ ਕੁਸ਼ਤੀ ਬਰਾਬਰ ਰਹਿ ਜਾਂਦੀ ਆ ਤਾਂ ਫਿਰ ਉਹ ਕਹਿੰਦੇ ਆ ਕਿ ਮਤਲਬ ਕੁਸ਼ਤੀ ਸੈਦੂ ਆ ਨੂਰਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਰਲ ਕੇ ਘੁਲ ਗਏ। ਹੁਣ ਭਲਵਾਨ ਵਿਚਾਰਾ ਤੁਸੀਂ ਦੱਸੋ ਕਿ ਉਹ ਕਿੱਥੇ ਜਾਵੇ, ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ। ਜਿੰਨਾ ਰੌਲਾ ਆ ਉਨਾ ਸ਼ਾਇਦ ਉਨਾ ਕੁਛ ਹੈ ਨਹੀਂ, ਜਿੱਥੋਂ ਤੱਕ ਮੇਰੀ ਸੋਚ ਆ। ਬਾਕੀ ਜਿਹੜਾ ਕੋਈ 5-7% ਹੈਗਾ ਆ ਤਾਂ ਫਿਊਚਰ 'ਚ ਮੈਨੂੰ ਲੱਗਦਾ ਕਿ ਜਿਹੜੇ ਆਉਣ ਵਾਲੇ ਮੰਨ ਲਾ ਸਾਰੇ ਤਕਰੀਬਨ ਇਸ ਚੀਜ਼ ਤੋਂ ਹੁਣ ਮੰਨ ਲਓ, ਕਿਉਂਕਿ ਭਾਅ ਜੀ ਜਿਹੜੀ ਚੀਜ਼ ਤੋਂ ਕਿਸੇ ਨੂੰ ਨੁਕਸਾਨ ਹੁੰਦਾ ਉਹ ਤੋਂ ਹਰੇਕ ਬੰਦਾ ਪੈਰ ਤਾਂ ਪਿੱਛੇ ਕਰਦਾ ਹੀ ਆ, ਬਾਕੀ ਜਿੰਨਾ ਮਤਲਬ ਰੌਲਾ ਆ ਉਨਾ ਨਹੀਂ ਹੈਗਾ ਸ਼ਾਇਦ, ਜਿੱਥੋਂ ਤੱਕ ਮੇਰੀ ਸੋਚ ਹੈ। ਉਨਾ ਰੌਲਾ ਨਹੀਂ ਗਾ, ਹੈ ਨਾ। ਇਹ ਤਾਂ ਆਪਾਂ ਕੁਛ ਗੱਲਾਂ ਕੀਤੀਆਂ ਜਿਹੜੀਆਂ ਕਮੀਆਂ ਨੇ ਜਾਂ ਜਿਹਨੂੰ ਦੂਰ ਕੀਤਾ ਜਾ ਸਕਦਾ ਹੈ ਨਾ। ਸਵਾਲ ਲਵਾਂਗਾ ਕਿ ਕੁਸ਼ਤੀ ਤੁਹਾਡੇ ਲਈ ਕੀ ਹੈ, ਕਿਉਂਕਿ ਤੁਸੀਂ ਕਰਦੇ ਨਹੀਂ ਹੋ ਲੇਕਿਨ ਕੁਸ਼ਤੀ ਨੂੰ ਪ੍ਰਮੋਟ ਬਹੁਤ ਜ਼ਿਆਦਾ ਕੀਤਾ ਲਿਖ ਕੇ। ਭਾਅ ਜੀ ਕੁਸ਼ਤੀ ਮੈਂ ਤਾਂ ਪਹਿਲਾਂ ਹੀ ਦੱਸਿਆ ਕਿ ਕੁਸ਼ਤੀ ਜੋ ਤਾਂ ਮੈਂ ਰੱਬ ਦੇਖਿਆ ਹੈ ਨਾ ਜੀ, ਕਿਉਂਕਿ ਰੱਬ ਇੱਦਾਂ ਭਾਅ ਜੀ ਹੁਣ ਜਿੰਨੇ ਵੀ ਭਲਵਾਨ ਆ ਹੈ ਨਾ, ਹੁਣ ਜਿੰਨੇ ਵੀ ਆ ਮੱਲ ਸਾਰੇ, ਅਤੇ ਜਦੋਂ ਇੱਕ ਛਿੰਝ 'ਚ ਹੈ ਨਾ ਮਤਲਬ ਕੁਸ਼ਤੀ ਖਤਮ ਹੁੰਦੀ ਆ ਤਾਂ ਤੁਸੀਂ ਦੇਖਿਆ ਹੋਣਾ ਦੰਗਲਾਂ 'ਚ ਕਿ ਬਹੁਤ ਜ਼ਿਆਦਾ ਮਤਲਬ ਇਕੱਠ ਹੋ ਜਾਂਦਾ ਕਿ ਫੋਟੋ ਖਿਚਾਉਣ ਲਈ ਲੋਕ ਤਰਸਦੇ ਆ। ਸੋ ਜਿੰਨਾ ਮਤਲਬ ਉਹ ਜਿਹੜੇ ਮਿਹਨਤ ਦੇ ਜਿਹੜੇ ਪੁਜਾਰੀ ਨੇ ਉਹਨਾਂ ਨਾਲ ਫੋਟੋ ਖਿਚਾਉਣ ਲਈ ਜਿੰਨਾ ਨਾਲ ਦੁਨੀਆ ਤਰਸਦੀ ਹੈ, ਅਤੇ ਅਸੀਂ ਜਦੋਂ ਉਹਨਾਂ ਨਾਲ ਇੱਕ ਥਾਲੀ 'ਚ ਰੋਟੀ ਖਾਂਦੇ ਹਾਂ ਤਾਂ ਫਿਰ ਆਪਾਂ ਸੋਚ ਹੀ ਸਕਦੇ ਹਾਂ ਕਿ ਭਲਵਾਨੀ ਨੇ ਕੀ ਕੁਛ ਦਿੱਤਾ ਜਾਂ ਭਲਵਾਨੀ ਕੀ ਹੈ। ਭਲਵਾਨੀ ਤਾਂ ਭਾਅ ਜੀ ਜਿੱਦਾਂ ਮੇਰੇ ਵਾਸਤੇ ਤਾਂ ਕਹਿ ਲਓ ਕਿ ਰੱਬ ਆ, ਤੁਹਾਡੇ ਵਾਸਤੇ ਪਹਿਲਵਾਨੀ ਰੱਬ ਹੈ ਨਾ, ਕੁਸ਼ਤੀ ਰੱਬ ਹੈ, ਇਹਦੀ ਸਿਫਤ ਚਾਹਾਂਗੇ ਜੋ ਤੁਹਾਡੀ ਕਲਮ ਨੇ ਲਿਖੀ ਹੋਊਗੀ ਉਹ ਸ਼ੇਅਰ ਜ਼ਰੂਰ ਸੁਣਾ। ਜਿੱਦਾਂ ਸ਼ੇਰ ਦੀ ਹੈ ਨਾ ਭਾਅ ਜੀ ਆਪਾਂ ਗੱਲ ਕੀਤੀ, ਇੱਕ ਹੋਰ ਸੀਗਾ ਸ਼ੇਰ, ਉਹ ਵੀ ਬਹੁਤ ਲੋਕਾਂ ਨੇ ਸਲਾਹਿਆ, ਉਹਦੀਆਂ ਸਟੋਰੀਆਂ ਬਹੁਤ ਲਾਈਆਂ ਸੀ ਕਿ ਉਹ ਸੀਗਾ ਸ਼ੇਰ, ਜਦੋਂ ਜਦੋਂ ਵੀ ਮਾਵਾਂ ਦੀ ਗੱਲ ਚੱਲੇ ਜ਼ਿਕਰ ਜ਼ਰੂਰੀ ਹੁੰਦਾ ਕੁਸ਼ਤੀ ਅਤੇ ਭਲਵਾਨੀ ਦਾ, ਕਿ ਉਂਝ ਤਾਂ ਮਿੱਤਰੋ ਸਭ ਤੋਂ ਪਤਾ ਜਵਾਨੀ ਆਉਂਦੀ ਹੈ, ਪਰ ਟਾਵੇਂ ਟਾਵੇਂ ਗੱਭਰੂ ਪਾਉਂਦੇ ਮੁੱਲ ਜਵਾਨੀ ਦਾ, ਕਿ ਡੰਡ ਬੈਠਕਾਂ ਲਾ ਲਾ ਜੁੱਸਾ ਕਾਇਮ ਬਣਾਉਣਾ ਪੈਂਦਾ ਹੈ, ਮੰਜ਼ਿਲ ਵਾਲਾ ਰਸਤਾ ਹੁੰਦਾ ਕਦੋਂ ਆਸਾਨੀ ਦਾ, ਕਿ ਮਿਹਨਤ ਦਾ ਮੁੱਲ ਕਿਰਲਗੜ ਵਾਲਿਆ ਪੈ ਜੂ ਲੱਖਾਂ ਦਾ, ਸੋਨੂੰ ਪਹਿਲਾਂ ਵੇਖ ਸਮਝ ਕੇ ਮੁੱਲ ਜਵਾਨੀ ਦਾ, ਅਤੇ ਪਹਿਲਾਂ ਜਵਾਨੀ ਦਾ ਮੁੱਲ ਸਮਝਣਾ ਪੈਂਦਾ ਹੈ ਨਾ। ਬਾਈ ਤੁਸੀਂ ਕਿਹਾ ਕਿ ਬਹੁਤ ਨਾਮ ਮੈਨੂੰ ਬਖਸ਼ਿਆ, ਸਨਮਾਨ ਦੀ ਗੱਲ ਕਰਾਂਗੇ, ਸਭ ਤੋਂ ਯਾਦਗਾਰੀ ਸਨਮਾਨ? ਸਨਮਾਨ ਤਾਂ ਭਾਅ ਜੀ ਤਕਰੀਬਨ ਸਾਰੇ ਹੀ ਯਾਦਗਾਰ ਆ ਜੀ, ਅਤੇ ਲਾਸਟ ਈਅਰ 2018 'ਚ ਲਵਲੀ ਭਾਅ ਜੀ USA ਤੋਂ ਖੇਡ ਪ੍ਰਮੋਟਰ ਨੇ ਉਹਨਾਂ ਨੇ ਕੀਤਾ ਸੀਗਾ, ਬਾਈਕ ਨਾਲ ਸਨਮਾਨ ਹੋਇਆ ਸੀਗਾ, ਸਪਲੈਂਡਰ ਨਾਲ ਮੇਰੇ ਪਿੰਡ ਦੀ ਛਿੰਝ 'ਤੇ ਹੀ ਹੋਇਆ ਸੀਗਾ, ਅਤੇ ਉਹ ਵੀ ਭਾਅ ਜੀ ਪਾਲਾ, ਅਤੇ ਇੱਕ ਆ ਹੁਣ ਮਤਲਬ ਇਸੇ ਸਾਲ ਦੀ ਗੱਲ ਆ 2019 ਦੀ, ਮੈਨੂੰ ਇਨਵੀਟੇਸ਼ਨ ਆਇਆ ਸੀਗਾ ਆਪਣੇ ਭਾਅ ਜੀ ਆ ਇੱਥੋਂ ਮਾਜਰਾ ਮਹਿਤਾਬ ਤੋਂ ਅਨਿਲ ਮਾਜਰਾ, ਉਹਨਾਂ ਨੇ ਮੈਨੂੰ ਇਨਵੀਟੇਸ਼ਨ ਦਿੱਤਾ, ਅਤੇ ਮਤਲਬ ਜਿੱਦਾਂ ਆਮ ਇਨਵੀਟੇਸ਼ਨ ਸਾਰੀਆਂ ਛਿੰਝਾਂ ਤੋਂ ਆਉਂਦੇ, ਉਦੋਂ ਮੈਨੂੰ ਜਿੱਥੋਂ ਆਇਆ ਇਨਵੀਟੇਸ਼ਨ ਤਾਂ ਅਸੀਂ ਗਏ ਜਿੱਦਾਂ, ਤਾਂ ਉੱਥੇ ਜਦੋਂ ਅਸੀਂ ਜਾਂਦੇ ਹਾਂ ਤਾਂ ਜਦੋਂ ਉਹਨਾਂ ਨੇ ਬੋਲਿਆ ਅਨਾਊਂਸ ਕੀਤਾ ਕਿ ਸੋਨੂੰ ਹੈ ਨਾ ਪਹੁੰਚ ਗਿਆ, ਤਾਂ ਜਦੋਂ ਮੈਂ ਭਾਅ ਜੀ ਅੰਦਰ ਗਿਆ ਉੱਥੇ ਤਾਂ ਉੱਥੇ ਉਹ ਵੀਡੀਓ ਵੀ ਪਈ ਮੇਰੀ ਫੇਸਬੁੱਕ 'ਤੇ, ਉਹਨਾਂ ਨੇ ਹਾਰ ਇੰਨੇ ਕੁ ਜ਼ਿਆਦਾ ਪਾ ਦਿੱਤੇ
ਮਤਲਬ ਮੈਨੂੰ ਖੁਦ ਨਹੀਂ ਸਮਝ, ਮੇਰੀਆਂ ਲੱਤਾਂ ਕੰਬਦੀਆਂ ਸੀਗੀਆਂ ਵੀ ਯਾਰ ਵੀ ਇੰਨਾ ਕੁਛ ਹੈ ਨਾ, ਵੀ ਇੰਨਾ ਪਿਆਰ ਦਿੱਤਾ ਦੁਨੀਆ ਨੇ ਉੱਥੇ। ਅਤੇ ਉੱਥੇ ਮੈਨੂੰ ਲੱਗਦਾ ਕਿ ਜਿੰਨੇ ਕੁ ਉਹਨਾਂ ਦੀ ਮੈਨੇਜਮੈਂਟ ਸੀ ਸਾਰੀ, ਜਿੰਨੀ ਉਹਨਾਂ ਦੀ ਕਮੇਟੀ ਸੀਗੀ, ਅਤੇ ਆਈ ਥਿੰਕ ਉਹਨਾਂ ਨੇ ਇਕੱਲਿਆਂ ਨੇ ਆਪਣੇ ਸਿਰ 'ਤੇ ਕਰਾਇਆ ਸੀਗਾ ਦੰਗਲ ਯਾਰਾਂ ਮਿੱਤਰਾਂ ਦੀ ਸਪੋਰਟ ਨਾਲ, ਪਰ ਜਿੰਨੀ ਉਹਨਾਂ ਦੇ ਉੱਥੇ ਸੀਗੀ ਮੈਨੇਜਮੈਂਟ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉੱਥੇ। ਬਾਈ ਮੱਠ ਸ਼ੇਰੋਂ ਵਾਲਾ ਹਰਨੇਤ ਵੀਰਾ ਉਹ ਵੀ ਆਏ ਸੀਗੇ, ਅਤੇ ਉਹ ਜਿਹੜੇ ਪਲ ਸੀਗੇ ਉਹ ਯਾਦਗਾਰ ਸੀ। ਪਰ ਜਦੋਂ ਬਾਈਕ ਨਾਲ ਸਨਮਾਨ ਹੋਇਆ ਤਾਂ ਜਿਹੜੀਆਂ ਚੀਜ਼ਾਂ ਨੂੰ ਭਾਅ ਜੀ ਹੈ ਨਾ ਆਪਾਂ ਮਤਲਬ ਜ਼ਿੰਦਗੀ 'ਚ ਇੱਕ ਸੁਪਨਾ ਜਿਹਾ ਸਮਝਦੇ ਹਾਂ, ਅਤੇ ਉਹ ਜਦੋਂ ਆਪਾਂ ਨੂੰ ਇੱਦਾਂ ਸਨਮਾਨ 'ਚ ਮਿਲਦੀਆਂ ਤਾਂ ਸ਼ਾਇਦ ਉਹ ਪਲ ਜਿਹੜੇ ਉਹ ਯਾਦਗਾਰੀ ਆਪੇ ਯਾਦਗਾਰੀ ਹੋ ਜਾਂਦੇ ਹੈ ਨਾ। ਇੱਕ ਅਖੀਰਲਾ ਸਵਾਲ ਚਾਹਾਂਗੇ, ਲੋਕ ਤੁਹਾਡੀ ਕਲਮ ਨੂੰ ਪਿਆਰ ਕਰਦੇ ਨੇ, ਤੁਹਾਡੇ ਸ਼ੇਅਰ ਬਹੁਤ ਕਾਫੀ ਮਕਬੂਲ ਹੁੰਦੇ ਨੇ ਆਪਣੇ ਫੈਨਸ ਲਈ, ਜਾਂ ਤੁਹਾਡੇ ਸ਼ੇਅਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਕੀ ਕਹਿਣਾ ਚਾਹੋਗੇ ਕੈਮਰੇ ਵੱਲ ਦੇ? ਭਾਅ ਜੀ ਇੱਦਾਂ ਆ, ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਕਹਿੰਦਾ ਕਿ ਫੈਨ ਨਹੀਂ ਮੈਂ ਅੱਜ ਤੱਕ, ਇਹ ਚੀਜ਼ ਇਹ ਕਦੀ ਫੀਲਿੰਗ ਮਤਲਬ ਲਈ ਨਹੀਂ ਆਪਣੇ ਦਿਲ 'ਚ, ਹਾਂ ਦਿਲ 'ਚ ਨਹੀਂ ਆਉਣ ਦਿੱਤਾ। ਬਾਕੀ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਜਿੰਨੇ ਜਣੇ ਮੈਨੂੰ ਪਿਆਰ ਕਰਦੇ ਆ, ਮੇਰੀਆਂ ਲਿਖਤਾਂ ਨੂੰ ਪਿਆਰ ਕਰਦੇ ਹੈ ਨਾ, ਅਤੇ ਉਹ ਪਿਆਰ ਅਤੇ ਸਪੋਰਟ ਇੱਦਾਂ ਹੀ ਕਰਦੇ ਰਹੋ ਹੈ ਨਾ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੀਆਂ ਤੁਹਾਡੀਆਂ ਸਾਰਿਆਂ ਦੀਆਂ ਉਮੀਦਾਂ 'ਤੇ ਖਰਾ ਉਤਰ ਸਕਾਂ। ਬਾਕੀ ਕੁਸ਼ਤੀ ਨੂੰ ਪਿਆਰ ਕਰੋ, ਨਾ ਕਿ ਕਿਸੇ ਇਨਸਾਨ ਨੂੰ, ਭਲਵਾਨੀ ਨੂੰ ਪਿਆਰ ਕਰੋ ਸਾਰਿਆਂ ਦਾ ਹੈ ਨਾ, ਜਿੱਦਾਂ ਮਤਲਬ ਕਿਸੇ ਦੇ ਕੋਈ ਕਿੰਤੂ ਪਰੰਤੂ ਨਾ ਕਰੋ ਜਾਂ ਕੁਛ ਵੀ ਹੈ ਨਾ, ਜਾਂ ਕੋਈ ਵੀ ਕੁਸ਼ਤੀ ਬਾਰੇ ਕੁਛ ਗਲਤ ਬੋਲਦਾ ਆ ਤਾਂ ਉਹਨੂੰ ਸ਼ੇਅਰ ਨਾ ਕਰਿਆ ਕਰੋ, ਅੱਗੇ ਉਹ ਚੀਜ਼ ਨੂੰ ਉੱਥੇ ਦੱਬਣ ਦੀ ਕੋਸ਼ਿਸ਼ ਕਰਿਆ ਕਰੋ ਕਿ ਜੇ ਕਿਸੇ ਨੇ ਬੋਲਿਆ ਹੈ ਨਾ, ਕਿਉਂਕਿ ਸ਼ੇਅਰ ਕਰਕੇ ਕਈ ਵਾਰ ਨਾ ਕਰਨ ਭਾਜੀ ਕੀ ਆਪਾਂ ਮਤਲਬ ਕਰਦੇ ਨੇ। ਸੋ ਜਿਹੜੇ ਚਾਹੁਣ ਵਾਲੇ ਆ, ਜਿੰਨੇ ਕੁ ਮੈਨੂੰ ਪਿਆਰ ਕਰਦੇ ਆ, ਇਹ ਭਰਾ ਆ ਜੀ ਹੈ ਨਾ, ਮੈਂ ਤਾਂ ਕਹਿੰਦਾ ਕਿ ਜਿਹੜੇ ਮੇਰੇ ਸਨਮਾਨ ਹੁੰਦੇ ਉਹ ਮੇਰੇ ਨਹੀਂ ਆ, ਇਹਨਾਂ ਦੇ ਆ ਜਿਨ੍ਹਾਂ ਨੇ ਮਤਲਬ ਮੇਰੇ ਨਾਂ ਦੇ ਨਾਲ ਪਿੱਛੇ ਮੇਰੇ ਪਿੰਡ ਦਾ ਕਿਰਲਾ ਗੜ੍ਹ ਦਾ ਨਾਂ ਲਾ ਤਾ ਹੈ ਨਾ। ਅਤੇ ਬਾਕੀ ਭਾਅ ਜੀ ਮੈਂ ਕਿਸੇ ਨੂੰ ਸੰਦੇਸ਼ ਦੇ ਸਕਾਂ ਇੰਨੇ ਯੋਗਾ ਤਾਂ ਹੈ ਨਹੀਂ, ਬਾਕੀ ਸਾਰੇ ਪਿਆਰ ਨਾਲ ਰਹੋ ਜੀ, ਅਤੇ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਆ, ਜ਼ਰੂਰੀ ਕੋਈ ਮੇਰੀ ਲਿਖਤ ਨੂੰ ਨਹੀਂ, ਜਿਹੜਾ ਕੋਈ ਕੁਸ਼ਤੀ ਲਈ ਲਿਖਦਾ, ਕੋਈ ਵੀ ਲਿਖਦਾ ਆ, ਕੋਈ ਬੰਦਾ ਨਵਾਂ ਪੁਰਾਣਾ ਜਿਹੜਾ ਵੀ ਲਿਖਦਾ, ਸਾਰਿਆਂ ਨੂੰ ਪਿਆਰ ਦਿਓ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਬਾਕੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਅਤੇ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਨ ਦੀ ਹਮੇਸ਼ਾ ਕੋਸ਼ਿਸ਼ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ। ਧੰਨਵਾਦ ਜੀ, ਔਰ ਮੈਂ ਟੀ ਵੀ ਪੰਜਾਬ ਦੀ ਜਿੰਨੀ ਵੀ ਤੁਹਾਡੀ ਸਾਰੀ ਟੀਮ ਆ, ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਰਦਾ ਕਿ ਤੁਸੀਂ ਮੈਨੂੰ ਇੰਨੇ ਕਾਬਲ ਸਮਝਿਆ, ਅਤੇ ਬਾਕੀ ਤੁਹਾਡਾ ਧੰਨਵਾਦ ਆ ਭਾਅ ਜੀ, ਤੁਹਾਡਾ ਇੱਕ ਵੱਡੀ ਦੇਣ ਹੈ ਕੁਸ਼ਤੀ ਨੂੰ। ਸੋ ਸੋਨੂੰ ਕਿਰਲਗੜ੍ਹ ਉਹਨਾਂ ਦੇ ਸ਼ੇਅਰ ਅਸੀਂ ਸੁਣਦੇ ਸੀ ਆਮ ਤੌਰ ਦੇ ਉੱਤੇ, ਅੱਜ ਮੁਲਾਕਾਤ ਵੀ ਕੀਤੀ ਹੈ, ਜਾਣਿਆ ਕਿ ਕਿਸ ਤਰੀਕੇ ਮਨ 'ਚ ਸ਼ੌਂਕ ਉਪਜਿਆ, ਕਿਸ ਤਰੀਕੇ ਕਲਮ ਜਿਹੜੀ ਵਡਿਆਈ ਲਿਖਦੀ ਹੈ ਪੰਜਾਬ ਦੀ ਜਵਾਨੀ ਦੀ। ਉਹਨਾਂ ਨੇ ਇੱਕੋ ਕਿਹਾ ਕਿ ਭਲਵਾਨੀ ਨੂੰ ਪਿਆਰ ਕਰੋ, ਕਿਸੇ ਇੱਕ ਇਨਸਾਨ ਨੂੰ ਨਹੀਂ, ਭਲਵਾਨੀ ਨੂੰ ਪ੍ਰਮੋਟ ਕਰਨ 'ਚ ਜਿੰਨਾ ਕੁ ਯੋਗਦਾਨ, ਜਿੰਨਾ ਕੁ ਹਿੱਸਾ ਤੁਸੀਂ ਪਾ ਸਕਦੇ ਹੋ ਉਹ ਜ਼ਰੂਰ ਪਾਓ। ਸੋ ਤੁਹਾਨੂੰ ਸਾਡੀ ਇੰਟਰਵਿਊ ਕਿਹੋ ਜਿਹੀ ਲੱਗੀ ਤੁਸੀਂ ਕਮੈਂਟਸ 'ਚ ਆਪਣੀ ਰਾਏ ਦੇ ਸਕਦੇ ਹੋ, ਨਾਲ ਦੀ ਨਾਲ ਆਪਣੀ ਫੀਡਬੈਕ ਸਾਨੂੰ ਈਮੇਲ ਵੀ ਕਰ ਸਕਦੇ ਹੋ। ਅਸੀਂ ਜਲਦ ਹਾਜ਼ਰ ਹੋਵਾਂਗੇ ਨਵੀਂ ਇੰਟਰਵਿਊ ਦੇ ਨਾਲ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।